ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਦੇਸ਼ ਟੀ ਵੀ USA ਅਤੇ ਸੰਗਤ ਟੀ ਵੀ UK ਤੋਂ ਮੈਂ ਆਪ ਜੀ ਦੇ ਕੋਲ ਹਾਜ਼ਰ ਹੋਇਆ, ਕਿਉਂਕਿ ਇੱਕ ਪਿੱਛੇ ਜੇ ਬੜਾ ਬਵਾਲ ਉੱਠਿਆ ਅਤੇ ਆਪ ਜੀ ਨੇ ਉਸ ਦਾ ਬੜੀ ਦਲੇਰੀ ਨਾਲ ਜਵਾਬ ਦਿੱਤਾ। ਲਾਈਵ ਵੀ ਉਸ ਨੂੰ ਤੁਸੀਂ ਸਟੇਜ ਦੇ ਉੱਤੋਂ ਲਾਈਵ ਕਰਕੇ ਵੀ ਸਾਰੀਆਂ ਸੰਗਤਾਂ ਨੂੰ ਉਸ ਬਾਰੇ ਜਾਣੂ ਕਰਵਾਇਆ। ਅਤੇ ਹੁਣ ਇੱਕ ਹੋਰ ਨਵਾਂ ਬਵਾਲ ਉੱਠਿਆ ਹੈ ਕਿ ਕੋਈ ਗੁਰਪ੍ਰੀਤ ਸਿੰਘ ਜੋ ਅਮੈਰੀਕਾ 'ਚ ਰਹਿੰਦਾ ਹੈ ਅਤੇ ਉਹਨੇ ਕੋਈ ਰੇਪ ਕਿਸੇ ਲੜਕੀ ਦਾ ਕੀਤਾ ਹੈ ਅਤੇ ਉਹਦੇ ਵਿੱਚ ਵੀ ਕਹਿੰਦੇ ਨੇ ਕਿ ਵੀ ਢੱਡਿਆਂ ਵਾਲਿਆਂ ਮਹਾਂਪੁਰਖਾਂ ਦਾ ਨਾਲ ਉਹ ਰਹਿੰਦਾ ਸੀ, ਲੇਕਿਨ ਉਹ ਇਸ ਟਾਈਮ 'ਤੇ USA ਵਿੱਚ ਹੈ। ਅਤੇ ਉਹ ਵਿਵਾਦ ਵੀ ਇੱਕ ਬਹੁਤ ਮੁੱਦਾ ਬਣਦਾ ਜਾ ਰਿਹਾ ਸੀ ਅਤੇ ਆਪ ਜੀ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸੰਗਤ TV ਦਾ ਔਰ ਪ੍ਰਦੇਸ਼ TV ਜੋ USA ਵਿੱਚ ਚੱਲਦਾ ਹੈ, ਸੰਗਤ TV UK 'ਚ ਚੱਲਦਾ ਹੈ, ਇਹਨਾਂ ਦੀ ਟੀਮ ਦਾ ਧੰਨਵਾਦੀ ਹਾਂ। ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ, ਇਸ ਵਿਸ਼ੇ 'ਤੇ ਜਾਣਨ ਦੀ ਕੋਸ਼ਿਸ਼ ਕੀਤੀ। ਜੋ ਪਹਿਲਾਂ ਬਵਾਲ ਉੱਠਿਆ ਉਹਦੇ ਬਾਰੇ ਸੰਗਤ ਭਲੀ ਭਾਂਤ ਜਾਣੂ ਹੈ, ਸੰਗਤ ਵਿੱਚ ਕਲੀਅਰ ਕਰ ਚੁੱਕਿਆਂ। ਔਰ ਉਸ ਵਿੱਚ ਵੀ ਮੈਂ ਇੱਕ ਗੱਲ ਕਲੀਅਰ ਕਰ ਦਿੱਤੀ ਸੀ ਕਿ ਕੋਈ ਬੰਦਾ ਇੱਥੇ ਰਹਿੰਦਾ ਹੈ, ਇੱਥੋਂ ਚਲਿਆ ਜਾਂਦਾ, ਉਹ ਕੀ ਕਰਦਾ ਹੈ, ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਨਹੀਂ ਰਹਿ ਜਾਂਦੀ। ਪਰ ਇਹ ਸੰਸਾਰ ਭਰ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ ਹੈ ਫੈਲਦੀ ਹੈ, ਤੁਹਾਨੂੰ ਪਤਾ ਹੈ ਕਿ ਵਿਰੋਧੀ ਲੋਕ ਵੀ ਨੇ ਨਾਲ ਨਾਲ, ਇਹ ਚੱਲਦੇ ਨੇ ਔਰ ਚੱਲਣੇ ਵੀ ਨੇ। ਉਹ ਸੁਖਵਿੰਦਰ ਸਿੰਘ ਨੂੰ ਖੜ੍ਹਾ ਕੀਤਾ ਗਿਆ, ਉਹਦੇ ਬੈਕ 'ਤੇ ਪੂਰੇ ਬੰਦੇ ਨੇ, ਪ੍ਰੀ ਪਲੈਨ ਇਹ ਸਾਰਾ ਕੁਛ ਹੋਇਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਗੱਲ ਨੂੰ ਮੈਂ ਸਾਹਮਣੇ ਆਇਆ, ਮੈਂ ਜਵਾਬ ਦਿੱਤੇ ਨੇ, ਸਾਡੇ ਪੱਲੇ ਸੱਚ ਹੈ, ਅਸੀਂ ਸਬੂਤਾਂ ਦੇ ਆਧਾਰ 'ਤੇ ਦਲੀਲ ਨਾਲ ਗੱਲ ਕਰਨੀ। ਉਹਦੇ ਵਿੱਚ ਕੋਈ ਸਬੂਤ ਨਹੀਂ ਸੀ, ਸਾਰੇ ਹੀ ਦੋਸ਼ ਬੇਬੁਨਿਆਦ ਸਨ। ਖਾਸ ਮੇਰੇ ਕਰੈਕਟਰ ਤੱਕ ਵੀ ਦੋਸ਼ ਲਾ ਦਿੱਤਾ। ਉਸ ਤੋਂ ਬਾਅਦ ਪ੍ਰੋਪਰਟੀ ਬਣਾਈ ਇਹਨਾਂ ਨੇ, ਇਹਨਾਂ ਕੋਲ 5-6 ਕੋਠੀਆਂ ਨੇ। ਉਸ ਤੋਂ ਬਾਅਦ ਫਿਰ ਉਹਨੇ ਕਿਹਾ ਮੇਰੇ ਕੇਸ ਕਟਾ ਦਿੱਤੇ ਗਏ ਆ, ਇੱਦਾਂ ਦੇ ਉਹਨੇ ਗੱਲਾਂ ਖੜੀਆਂ ਕੀਤੀਆਂ। ਉਹਦਾ ਜਵਾਬ ਮੈਂ ਡਟ ਕੇ ਦਿੱਤਾ ਹੈ। ਮੈਜਿਸਟ੍ਰੇਟ ਦੀ ਜਿਹੜੀ ਰਿਪੋਰਟ ਆ ਉਹ ਵੀ 1-2 ਦਿਨ ਵਿੱਚ ਆ ਜਾਣੀ ਹੈ। ਔਰ ਉਹਨਾਂ ਬੰਦਿਆਂ ਨਾਲ ਵੀ ਮੈਂ ਗੱਲ ਕੀਤੀ ਜਿਨ੍ਹਾਂ ਨੇ ਉਹਦੀ ਜ਼ਮਾਨਤ ਵੀ ਭਰੀ ਹੈ, ਵੀ ਜਿਸ ਵੇਲੇ ਉਹਨੂੰ ਜ਼ਮਾਨਤ ਕਰਾ ਕੇ ਲੈ ਕੇ ਗਏ ਨੇ 2 ਤਰੀਕ ਨੂੰ, ਉੱਦਣ ਉਹਦੇ ਕੇਸ ਸਨ, ਸਾਬਤ ਸੂਰਤ ਸੀ, ਸਭ ਕੁਛ ਸੀ। ਇਹ ਉਹਨੇ ਬਾਅਦ ਵਿੱਚ ਡਰਾਮਾ ਰਚਿਆ। ਇਹ ਤਾਂ ਹੁਣ ਪ੍ਰਸ਼ਾਸਨ ਨੇ ਵੀ ਆਪਣੀ ਰਿਪੋਰਟ ਦੇ ਦੇਣੀ ਹੈ, ਸਾਰੀ ਸੰਗਤ ਦੇ ਸਾਹਮਣੇ ਆ ਜਾਏਗੀ। ਹੁਣ ਜਿਹੜੇ ਵਿਰੋਧੀ ਲੋਕ ਨੇ, ਜਦੋਂ ਉਹਨਾਂ ਨੇ ਵੇਖਿਆ ਵੀ ਇਹ ਗੱਲ ਜਿਹੜੀ ਹੈ ਮੁੱਦਾ ਥੋੜ੍ਹਾ ਜਿਹਾ ਦੱਬ ਰਿਹਾ ਹੈ, ਅਤੇ ਇਹ ਪੇਪਰਾਂ ਦੇ ਵਿੱਚ ਵੀ ਖਬਰ ਛਪੀ ਹੈ, ਮੇਰੇ ਤੱਕ ਪਹੁੰਚੀ ਹੈ, ਔਰ ਟਾਕ ਸ਼ੋਅ ਵੀ ਹੋਏ ਨੇ, ਉਹਨਾਂ ਬੰਦਿਆਂ ਨੇ ਵੇਖਿਆ ਵੀ ਕੁਛ ਹੋਰ ਲੱਭੀਏ, ਅਤੇ ਉਹ ਇੱਕ ਗੱਲ ਲੱਭੀ ਹੈ ਕਿ ਗੁਰਪ੍ਰੀਤ ਸਿੰਘ ਨਾਮਕ ਲੜਕਾ ਸੇਵਾਦਾਰ ਇਹਨਾਂ ਕੋਲ ਰਹਿੰਦਾ ਸੀ, ਉਹਨੇ ਅਮੈਰੀਕਾ ਦੇ ਵਿੱਚ ਕਿਸੇ ਲੜਕੀ ਦੇ ਨਾਲ ਰੇਪ ਕੀਤਾ। ਉਹ ਮੈਂ ਟਾਕ ਸ਼ੋਅ ਵੀ ਸੁਣਿਆ, ਉਹਦੇ ਵਿੱਚ ਉਹ ਬੱਚੀ ਵੀ ਬੋਲਦੀ। ਉਹਨੇ ਕਿਹਾ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਜ਼ਬਰਦਸਤੀ ਹੋਈ, ਮੇਰਾ ਵੋਸ਼ਨ ਤੱਕ ਕਰਵਾਇਆ ਗਿਆ, ਇੱਦਾਂ ਦੇ ਸ਼ਬਦ। ਮਾਫ਼ੀ ਮੰਗਦਾ ਮੈਂ ਚੈਨਲਾਂ ਤੋਂ, ਇੱਦਾਂ ਦੇ ਸ਼ਬਦ ਸਟੇਜ ਮੈਂ ਆਪ ਜੀ ਵਿੱਚ ਬੋਲ ਰਿਹਾ। ਉਹ ਲੜਕੀ ਨੇ ਕਿਹਾ ਹੈ ਤਾਂ ਮੈਨੂੰ ਜਵਾਬ ਦੇਣਾ ਪੈ ਰਿਹਾ। ਪਹਿਲੇ ਨੰਬਰ 'ਤੇ ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਸਾਡੇ ਕੋਲੋਂ ਗਿਆਂ ਨੂੰ 3 ਸਾਲ ਹੋ ਗਏ, ਪ੍ਰੀਤਮ ਸਿੰਘ ਅਤੇ ਗੁਰਪ੍ਰੀਤ ਸਿੰਘ, ਉਹ ਸਾਡੇ ਤੋਂ ਆਗਿਆ ਲੈ ਕੇ ਗਏ ਨੇ। ਜਿਹੜੀ ਖਬਰ ਛਪੀ ਹੈ ਮੈਂ ਪੜ੍ਹੀ ਹੈ, ਖਾਲਸਾ ਨਿਊਜ਼ ਵਿੱਚ ਛਪੀ ਹੈ, ਹੋਰ ਵੀ 1-2 ਪੇਪਰਾਂ 'ਚ ਬਾਹਰ ਛਪੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਇਹ ਕਬੂਤਰਬਾਜ਼ੀ ਕੀਤੀ, ਇਹਨਾਂ ਨੂੰ ਅਮੈਰੀਕਾ 'ਚ ਛੱਡ ਕੇ ਗਏ। ਜਿਹੜੀ ਸੰਗਤ ਮੈਨੂੰ ਏਅਰਪੋਰਟ 'ਤੇ ਚੜ੍ਹਾਉਣ ਆਈ ਹੈ ਜਾਂ ਜਿਹੜੇ ਸਾਨੂੰ ਜਾਣਦੇ ਨੇ, ਸਭ ਨੂੰ ਪਤਾ ਹੈ ਕਿ ਮੈਂ ਉਹਨਾਂ ਸਿੰਘਾਂ ਨੂੰ ਛੱਡ ਕੇ ਨਹੀਂ ਆਇਆ। ਸਾਰੇ ਸਿੰਘ ਮੇਰੇ ਨਾਲ ਜਾਂਦੇ ਰਹੇ ਆ, ਵਾਪਸ ਆਉਂਦੇ ਰਹੇ ਆ, ਲੱਖਾਂ ਸੰਗਤਾਂ ਇੱਥੇ ਆਉਂਦੀਆਂ ਨੇ। ਸਾਨੂੰ ਕਬੂਤਰਬਾਜ਼ੀ ਵਰਗਾ ਘਿਨਾਉਣਾ ਕੰਮ ਕਰਨ ਦੀ ਲੋੜ ਨਹੀਂ ਹੈ, ਪਿਆਰ ਸਤਿਕਾਰ ਬਹੁਤ ਸੰਗਤ ਕਰਦੀ ਹੈ। ਦੂਸਰੀ ਗੱਲ, ਉਹ ਬੱਚਿਆਂ ਦੇ ਘਰ ਦੀਆਂ ਘਰੋਗੀ ਮਜਬੂਰੀਆਂ ਸੀ, ਮੇਰੇ ਤੋਂ ਆਗਿਆ ਲਈ, ਕਹਿੰਦੇ ਜ਼ਮੀਨ ਹੈ ਸੀ, ਖੇਤੀਬਾੜੀ ਕਰਨੇ ਆ, ਚਲੇ ਗਏ। ਹੁਣ 10 ਸਾਲ ਰਹੇ ਆ, ਬੱਚਿਆਂ ਦੀਆਂ ਫੀਸਾਂ ਨੇ, ਹੋਰ ਖਰਚੇ ਜ਼ਿਆਦਾ ਨੇ, ਨਹੀਂ ਸਾਂਭ ਸਕਦੇ। ਆਪਣੇ ਘਰ ਵੇਖਿਆ 5-4 ਮਹੀਨੇ ਨਹੀਂ ਉਹਨਾਂ ਦਾ ਸੈਟਲ ਬੈਠਿਆ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬਾਬਾ ਜੀ ਜੇ ਤੁਸੀਂ ਕਹੋ ਤਾਂ ਸਾਨੂੰ ਆਗਿਆ ਦੇ ਦਿਓ, ਅਸੀਂ ਬਾਹਰ ਜਾ ਕੇ ਕੋਈ ਕੰਮ ਲੱਭ ਲਈਏ, ਉੱਥੇ ਕੁਛ ਕਰ ਲਈਏ। ਮੈਂ ਕਿਹਾ ਤੁਹਾਡੀ ਜ਼ਿੰਦਗੀ ਹੈ, ਤੁਸੀਂ ਆਪਣੇ ਤਰੀਕੇ ਨਾਲ ਜਿਉਣੀ, ਕਿਰਤ ਬਿਰਤ ਕਰੋ, ਜੋ ਮਰਜ਼ੀ ਕਰੋ, ਔਰ ਚਲੇ ਜਾਓ। ਉਹ ਇੱਥੋਂ ਚਲੇ ਜਾਂਦੇ ਨੇ। 3 ਸਾਲ ਉਹਨਾਂ ਨੂੰ ਮੇਰੇ ਕੋਲੋਂ ਗਿਆਂ ਨੂੰ ਹੋ ਗਏ ਆ। ਉਸ ਗੱਲ ਨੂੰ ਮੇਰੇ ਨਾਲ ਜੋੜਨਾ ਪਹਿਲਾਂ ਤਾਂ ਇਹ ਗੱਲ ਰੋਂਗ ਹੈ, ਬਿਲਕੁਲ ਗਲਤ ਹੈ।
ਕਿਉਂਕਿ ਉਹਨੂੰ ਮੇਰੇ ਨਾਲ ਨਹੀਂ ਜੋੜਿਆ ਜਾ ਸਕਦਾ। ਦੂਸਰੀ ਗੱਲ ਇਹ ਹੈ ਕਿ ਉੱਥੇ ਗਏ ਹਾਂ, ਸਾਨੂੰ ਉਹ ਮਿਲੇ ਹੈ, ਇੱਥੇ ਵੀ ਇੱਕ ਵਾਰੀ ਆਏ ਆ, ਇੱਕ ਵਾਰੀ ਸਾਡੇ ਨਾਲ ਉਸ ਤੋਂ 3 ਸਾਲਾਂ ਦੌਰਾਨ ਇੱਕ ਪ੍ਰੋਗਰਾਮ 'ਤੇ ਵੀ ਗਏ ਨੇ ਉਹ ਬੱਚੇ। ਹੁਣ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਉਹ ਬੱਚੀ ਨੇ ਇਲਜ਼ਾਮ ਲਾਇਆ ਮੇਰੇ ਨਾਲ ਰੇਪ ਹੋਇਆ। ਕਮਾਲ ਦੀ ਇੱਕ ਹਾਸੋਹੀਣੀ ਗੱਲ ਹੋਈ ਕਿ ਉਹ ਜਿਹੜਾ ਪ੍ਰਜੈਂਟਰ ਹੈ ਨਾ ਕੁਲਦੀਪ ਸਿੰਘ ਕੈਨੇਡਾ ਵਾਲਾ, ਉਹਨੂੰ ਪੂਰਾ ਟਾਕ ਸ਼ੋਅ ਜਿੰਨੇ ਉਹਨੇ ਕੀਤੇ ਉਹਨੂੰ ਸੁਣ ਕੇ ਪਤਾ ਲੱਗਦਾ ਵੀ ਉਹ ਬੰਦਾ ਸਿਰਫ ਅਤੇ ਸਿਰਫ ਇੱਕ ਵਿਰੋਧਤਾ ਵਾਲਾ ਪੱਖ ਲੈਂਦਾ। ਉਹਨੇ ਕਾਲਰ ਵੀ ਇੱਦਾਂ ਦੇ ਲੈਣੇ ਨੇ ਜਿਹੜੇ ਮੇਰੇ ਵਿਰੋਧ ਵਿੱਚ ਜਾਂ ਸੰਤਾਂ ਦੇ ਵਿਰੋਧ 'ਚ ਬੋਲਣਗੇ, ਅਤੇ ਉਹਨੇ ਜਦੋਂ ਕੋਈ ਬੰਦਾ ਸਾਡੀ ਗੱਲ ਮਾੜੀ ਜਿਹੀ ਕਰਨ ਲੱਗਦਾ ਤਾਂ ਉਹਨੂੰ ਕੱਟਦਾ। ਉਹਨੇ ਕਿਹਾ ਕਿ ਤੂੰ ਦੱਸ ਵੀ, ਉਹ ਕਹਿੰਦਾ ਮੈਂ ਉੱਥੋਂ ਆ ਚੁੱਕਿਆ, ਇਹਨਾਂ ਨੂੰ ਤੁਸੀਂ ਉਹਨਾਂ ਨਾਲ ਨਾ ਜੋੜੋ, ਪਹਿਲੀ ਗੱਲ। ਦੂਸਰੀ ਗੱਲ, ਉਹਨੇ ਕਿਹਾ ਕਿ ਜੇ ਮੈਂ ਇਹਦੇ ਨਾਲ ਇੱਦਾਂ ਦਾ ਕੁਛ ਕੀਤਾ ਹੈ ਤਾਂ ਮੇਰਾ DNA ਟੈਸਟ ਕਰਾ ਲਓ ਵੀ ਮੈਂ ਐਸਾ ਨਹੀਂ ਕੀਤਾ। ਉਹਨੇ ਇੱਕ ਸ਼ਬਦ ਬੋਲਿਆ ਕੁਲਦੀਪ ਸਿੰਘ ਨੇ, ਕਹਿੰਦਾ ਓਏ ਗੁਰਪ੍ਰੀਤ, ਇਹ ਜੱਸਾ ਸਿੰਘ ਨਹੀਂ ਇੰਡੀਆ ਵਾਲਾ ਇੱਥੇ SHO, ਇੱਥੇ ਅਮੈਰੀਕਾ ਦੀ ਪੁਲਿਸ ਹੈ। ਉਹਨੂੰ ਇਹ ਨਹੀਂ ਪਤਾ ਵੀ ਅਮੈਰੀਕਾ ਦੀ ਜੇ ਪੁਲਿਸ ਹੈ, ਵੀ ਮੈਂ ਇੰਡੀਆ ਵਾਲੀ ਪੁਲਿਸ ਤਾਂ ਖਰੀਦ ਲਈ ਆ, ਮੈਂ ਅਮੈਰੀਕਾ ਵਾਲੇ ਵੀ ਖਰੀਦ ਲਏ ਨੇ। ਰੇਪ ਦਾ ਦੋਸ਼ ਹੈ, ਮੀਡੀਏ 'ਚ ਬੋਲ ਰਹੇ ਹੋ, ਅਤੇ ਉਹ ਬੰਦਾ ਬਾਹਰ ਕਿਉਂ ਫਿਰਦਾ? ਗੁਰਪ੍ਰੀਤ ਸਿੰਘ ਅੱਜ ਜੇ ਬਾਹਰ ਹੈ, ਉਹਨੇ ਕਿਹਾ ਕਿ ਮੈਂ ਗੁਰਦੁਆਰੇ ਦੇ ਬਿਲਕੁਲ ਨਾਲ ਬੈਠਾ, ਮੈਂ ਕੋਈ ਭੱਜਿਆ ਨਹੀਂ ਹਾਂ, ਗੁਰਦੁਆਰੇ ਦੀ ਕਮੇਟੀ ਨੂੰ ਮੈਂ ਲਿਖ ਕੇ ਆਇਆ ਕਿ ਤੁਸੀਂ ਮੈਨੂੰ ਮੇਰਾ ਇਨਸਾਫ਼ ਕਰੋ ਵੀ ਐਸਾ ਕੰਮ ਮੇਰੇ 'ਤੇ ਇਲਜ਼ਾਮ ਲੱਗਾ ਹੈ ਰਾਗੀਆਂ ਦੀ ਆਪਸ 'ਚੋਂ, ਤੂੰ ਕੀਰਤਨ ਕਰਨਾ, ਤੂੰ ਕਰਨਾ, ਕੀ ਇਹਨਾਂ ਨੇ ਕੀਤਾ, ਇਹ ਉਹਨਾਂ ਦੀ ਵੱਖਰੀ ਗੱਲ, ਵੀ ਮੈਂ ਇੱਥੇ ਬੈਠਾ। ਉਹਨੇ ਸਪੱਸ਼ਟ ਕਿਹਾ, ਅਤੇ ਇਹਦੀ ਡਟ ਕੇ ਇਨਕੁਆਇਰੀ ਹੋਵੇ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਜੇ ਉਹ ਦੋਸ਼ੀ ਹੈ, ਮੇਰੀ ਗੱਲ ਗੁਰਬਚਨ ਸਿੰਘ ਪ੍ਰਧਾਨ ਨਾਲ ਹੋਈ, ਉਨੀ ਦਿਨ ਹੀ ਮੈਨੂੰ ਕਾਲ ਆਈ, ਕਹਿੰਦੇ ਇੱਦਾਂ ਦੀ ਇੱਥੇ ਇੱਕ ਰੌਲਾ ਉਠਾਇਆ ਇੱਕ ਬੰਦੇ ਨੇ ਅਵਤਾਰ ਸਿੰਘ ਨੇ। ਮੈਂ ਡਟ ਕੇ ਉਹਨੂੰ ਕਿਹਾ, ਉਹਨੂੰ ਪੁੱਛ ਸਕਦੇ ਹੋ ਵੀ ਗੁਰਬਚਨ ਸਿੰਘ ਜੀ, ਜੇ ਇਹਦੀ ਗਲਤੀ ਹੈ, ਇਹਨੂੰ ਡਟ ਕੇ ਸਜ਼ਾ ਦਿਵਾਓ, ਪੁਲਿਸ ਵਿੱਚ ਜਾਣ ਦਿਓ, ਇਹੋ ਜਿਹਾ ਕੰਮ ਕਰਨ ਵਾਲਾ ਤਾਂ ਚਾਹੇ ਸਾਡਾ ਭਰਾ ਵੀ ਕਿਉਂ ਨਾ ਕੋਈ ਹੋਵੇ ਭਾਵੇਂ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਸੀਂ ਉਹਦੀ ਕਦੇ ਹੈਲਪ ਨਹੀਂ ਕਰਾਂਗੇ। ਅਤੇ ਜੇ ਤੁਹਾਨੂੰ ਲੱਗਦਾ ਵੀ ਉਹਦੇ 'ਤੇ ਗਲਤ ਇਲਜ਼ਾਮ ਲੱਗ ਰਿਹਾ, ਤਾਂ ਫਿਰ ਉਹਦਾ ਸਾਥ ਤੁਸੀਂ ਜ਼ਰੂਰ ਦੇਣਾ ਹੈ, ਵੀ ਰੇਪ ਵਰਗਾ ਜਿਹੜਾ ਇਲਜ਼ਾਮ ਕਿਸੇ 'ਤੇ ਵੀ ਲੱਗਣਾ ਜਿਹੜਾ ਬਹੁਤ ਭੈੜਾ ਹੈ, ਮੰਦਭਾਗਾ ਹੈ। ਜਦੋਂ ਰੇਪ ਹੀ ਸਿੱਧ ਨਹੀਂ ਹੋਇਆ, ਫਿਰ ਮੇਰਾ ਮੈਂ ਕਹਿ ਰਿਹਾ ਵੀ 25-30 ਲੱਖ ਰੁਪਇਆ ਲੈ ਲਓ ਇਸ ਗੱਲ ਨੂੰ ਦੱਬ ਲਿਓ, ਇਹ ਕਿੱਥੋਂ ਤੱਕ ਸਿੱਧ ਹੋ ਸਕਦੀ ਹੈ? ਉਹਨਾਂ ਨੇ ਆਪਣੇ ਤਰੀਕੇ ਨਾਲ ਇਹ ਦੂਜਾ ਮੁੱਦਾ ਜਿਹੜਾ ਸੀ ਨਾ ਇਹ ਉਠਾ ਲਿਆ ਸੀ। ਮੈਂ ਹੁਣ ਵੀ ਕਹਿਣਾ ਚਾਹੁੰਦਾ ਵਿਦੇਸ਼ਾਂ ਦੀ ਸੰਗਤ ਨੂੰ ਵੀ ਜੇ ਇਸ ਗੱਲ ਵਿੱਚ ਸੱਚਾਈ ਮਿਲਦੀ ਹੈ ਤਾਂ ਉਹਨੂੰ ਜ਼ਰੂਰ ਸਜ਼ਾ ਮਿਲੇ, ਜੇ ਉਹਦੀ ਗਲਤੀ ਹੈ, ਐਡਾ ਵੱਡਾ ਘਿਨਾਉਣਾ ਪਾਪ ਕੀਤਾ ਹੈ। 10 ਮਹੀਨਿਆਂ ਬਾਅਦ ਇਹ ਸੋਚਣ ਵਾਲੀ ਗੱਲ ਹੈ ਕਿ 10 ਮਹੀਨਿਆਂ ਬਾਅਦ ਅੱਜ ਇਹ ਇਸ਼ੂ ਕਿਉਂ ਲਿਆਂਦਾ ਗਿਆ, ਸਿਰਫ ਇੱਕ ਨਾਲ ਜੋੜਨ ਲਈ ਕਿ ਮੇਰਾ ਨਾਂ ਬਦਨਾਮ। ਪਰ ਮੈਂ ਫਿਰ ਵੀ ਕਹਿ ਰਿਹਾ, 3 ਸਾਲ ਗਏ, ਜਿਹੜੇ ਬੱਚੇ ਜਾ ਹੀ ਚੁੱਕੇ ਨੇ ਉਹ ਕੀ ਕਰਦੇ ਨੇ, ਉਹਨੂੰ ਫਿਰ ਸਾਡੇ ਨਾਲ ਜੋੜ ਕੇ ਵੇਖਣਾ, ਇਹ ਮਾੜੀ ਗੱਲ ਹੈ ਜੀ। ਇਹ ਜਿਹੜਾ ਹੈਗਾ ਕੁਛ ਦਿਨ ਪਹਿਲਾਂ ਵਾਦ ਵਿਵਾਦ ਉੱਠਿਆ ਸੀ, ਅਤੇ ਮੈਂ ਇਸ ਵਿਸ਼ੇ ਉੱਤੇ 1-2 ਜਗ੍ਹਾ ਬੋਲਿਆ ਵੀ ਹਾਂ, ਅਤੇ ਹੁਣ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸ ਰਿਹਾ ਵੀ ਕਦੇ ਵੀ ਕੋਈ ਇੱਦਾਂ ਦਾ ਇਸ਼ੂ ਜਿਹੜਾ ਹੈ ਉਹ ਜ਼ਰੂਰ ਕਲੀਅਰ ਕਰੋ, ਜੇ ਉਹ ਜੇ ਇਹਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ। ਹੁਣ ਇੱਕ ਹੋਰ ਇਹਦੇ ਨਾਲ ਹੀ ਗੱਲ ਉੱਠੀ ਹੈ ਜੀ ਕਿ ਇੱਕ ਲੜਕੀ ਨੇ ਇੱਥੇ ਆਤਮ ਹੱਤਿਆ ਕਰ ਲਈ ਹੈ, ਅਤੇ ਉਸਦੀ ਭੈਣ ਜਸਵਿੰਦਰ ਕੌਰ ਜੋ ਕਈ ਗੱਲਾਂ ਇਹੋ ਜਿਹੀਆਂ ਕਹਿ ਰਹੀ ਹੈ ਜਿਹੜੀਆਂ ਦੇ ਨਾਲ ਤੁਹਾਡਾ ਨਾਂ ਜੁੜਦਾ ਪਿਆ, ਅਤੇ ਵੀ SMS ਆਉਂਦੇ ਰਹੇ ਆ, ਅਤੇ ਉਸ ਬਾਰੇ ਵੀ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਉਹਦੇ ਸੰਬੰਧ ਵਿੱਚ ਮੇਰੀ ਇਹ ਬੇਨਤੀ ਹੈ ਕਿ ਜਸਵਿੰਦਰ ਕੌਰ ਨਾਮਕ ਬੀਬੀ ਨੇ ਇਲਜ਼ਾਮ, ਮੈਂ ਹੁਣ ਕਈ ਗੱਲਾਂ ਨੂੰ ਵੇਖ ਕੇ ਨਾ ਹਾਸੋਹੀਣੀਆਂ ਗੱਲਾਂ ਨੇ। ਉਹ ਬੀਬੀ ਨੂੰ ਮੈਂ ਏਅਰ 'ਤੇ ਬੋਲਦੀ ਨੂੰ ਸੁਣਿਆ ਪਰਸੋਂ ਚੌਥ, ਮੈਨੂੰ ਕਿਸੇ ਦੀ ਕਾਲ ਆਈ ਵੀ ਉਹਨੇ ਕਿਸੇ ਸਟੇਸ਼ਨ 'ਤੇ ਬੋਲਿਆ, ਰੇਡੀਓ ਸਟੇਸ਼ਨ 'ਤੇ, ਮੈਂ ਉਹਨੂੰ ਸੁਣਿਆ ਪੂਰਾ, ਮੇਰਾ ਖਿਆਲ ਉਹ 15 ਮਿੰਟ ਉਹਨੇ ਗੱਲ ਕੀਤੀ ਹੈ, ਪ੍ਰਜੈਂਟਰਾਂ ਨੇ ਉਹਨਾਂ ਨੂੰ ਸਵਾਲ ਪੁੱਛੇ ਨੇ, ਉਹਨਾਂ ਨੇ ਜਵਾਬ ਦਿੱਤੇ ਆ, ਉਹਨਾਂ ਨੇ ਜਦੋਂ ਸਾਰੀ ਗੱਲ, ਔਰ ਇੱਕ ਖਬਰ ਅਖਬਾਰ ਵਿੱਚ ਵੀ ਛਪੀ ਹੈ, ਖਬਰ ਜਿਹੜੀ ਛਪੀ ਹੈ ਨਾ ਉਹ ਮੇਰੇ ਕੋਲ ਹੀ ਹੈ, ਇਹ ਹੈ ਸਿੱਖ ਸਪੋਕਸਮੈਨ ਵਿੱਚ ਛਪੀ ਹੈ, ਸਿੱਖ ਸਪੋਕਸਮੈਨ ਜੋ ਕਿ ਬਾਹਰ ਹੀ ਛਪਦਾ ਅਖਬਾਰ, ਟੋਰਾਂਟੋ ਵਿੱਚ ਹੈ ਮੇਰਾ ਖਿਆਲ, ਹਾਂਜੀ, ਨਿਊਜ਼ ਪੇਪਰ, ਹੋਰ ਵੀ ਮੇਰਾ ਖਿਆਲ ਖਾਲਸਾ ਨਿਊਜ਼ ਵਿੱਚ ਵੀ ਹੈ, ਇਹ ਖਬਰ ਆਈ ਹੈ ਕਿ ਇਹਨਾਂ ਦੇ ਡੇਰੇ ਵਿੱਚ ਇੱਕ ਲੜਕੀ ਜ਼ਹਿਰੀਲੀ ਦਵਾ ਖਾ ਕੇ ਉਹਨੇ ਆਤਮ ਹੱਤਿਆ ਕੀਤੀ ਹੈ। ਔਰ ਇਹ ਜਿਹੜੀ ਖਬਰ ਦੇ ਵਿੱਚ ਤੁਸੀਂ ਦੇਖੋਗੇ ਨਾ ਫੋਟੋ ਲੱਗੀ ਹੋਈ ਹੈ, ਕੈਮਰੇ 'ਚ ਵੀ ਵੇਖ ਲਿਆਗੀ ਸੰਗਤ, 2 ਲੜਕੀਆਂ ਤਾਂ ਬਣਾਈਆਂ ਹੋਈਆਂ ਨੇ, ਇੰਟਰਨੈੱਟ 'ਤੇ ਖਬਰ ਹੈ, ਦੇਖੋ 2 ਲੜਕੀਆਂ ਨੇ, ਇੱਕ ਲੜਕੀ ਦੇ ਮੈਂ ਮੂੰਹ ਉੱਤੇ ਹੱਥ ਲਾ ਰਿਹਾ, ਔਰ ਇੱਕ ਨੰਗੇ ਸਿਰ ਸੱਜੇ ਬੈਠੀ ਹੈ, ਇੱਕ ਖੱਬੇ ਬੈਠੀ। ਇਹ ਜਿਹੜੀ ਫੋਟੋ ਹੈ ਨਾ ਅਤੇ ਇੰਟਰਨੈੱਟ 'ਤੇ ਪਈ ਹੋਈ,
ਮੈਂ ਪਹਿਲਾਂ ਵੀ ਕਈ ਕਾਫੀ ਚਿਰ ਪਹਿਲਾਂ ਵੀ ਇਹ ਤਸਵੀਰ ਵੇਖੀ ਸੀ ਵੀ ਕਿਸੇ ਬੱਚੇ ਨੇ ਬਣਾਈ ਹੈ ਵੀ ਦੋ ਬੀਬੀਆਂ ਬਣਾਈਆਂ ਨੇ ਔਰ ਓਰਿਜਨਲ ਫੋਟੋ ਵੀ ਹੈ ਵੀ ਹੈ ਤਾਂ ਨੌਜਵਾਨ ਬੱਚਾ ਇਹ ਤਾਂ ਲੜਕੀ ਹੈ ਨਾ ਇਹ ਸੰਗਤ ਨੂੰ ਦਿਖਾ ਸਕਦੇ ਹੋ ਤੁਸੀਂ ਵੀ ਲੜਕੀ ਇਹ ਇਹ ਬਣਾਈ ਹੈ ਅਤੇ ਇਹ ਓਰਿਜਨਲ ਹੈ ਜਿਹਦੇ ਵਿੱਚ ਮੈਂ ਨੌਜਵਾਨ ਬੱਚੇ ਦੇ ਚਿਹਰੇ ਉੱਤੇ ਹੱਥ ਲਾ ਰਿਹਾ ਨੌਜਵਾਨ ਦਾੜੀ ਕੱਟੀ ਵਾਲਾ ਉਹਨੂੰ ਕਹਿ ਰਿਹਾ ਵੀ ਦਾੜੀ ਰੱਖ ਲੈ ਅਤੇ ਉਹ ਬਣਾ ਦਿੱਤੀ ਇੱਕ ਲੜਕੀ ਦੂਜੀ ਇੱਕ ਨਾਲ ਹੋਰ ਬਿਠਾ ਦਿੱਤੀ ਗਈ ਇਹ ਇੰਟਰਨੈਟ 'ਤੇ ਵੀ ਹੈ ਜਿਹੜੇ ਬੱਚੇ ਇੰਟਰਨੈਟ ਯੂਜ ਕਰਦੇ ਨੇ ਨਾ ਉਹ ਜ਼ਰੂਰ ਉਹਦੇ ਉੱਤੇ ਵੇ ਜਦੋਂ ਵੇਖਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸੱਚਾਈ ਕੀ ਹੈ ਹੁਣ ਇਹ ਫੋਟੋ ਨਕਲੀ ਹੈ ਜਿੱਥੇ ਫੋਟੋ ਪਈ ਹੈ ਉਹਦੇ ਨਾਲ ਹੀ ਅਸਲੀ ਵੀ ਹੈ ਵੀ ਨੌਜਵਾਨ ਬੱਚਾ ਦਿਸ ਰਿਹਾ ਹੈ ਅਖਬਾਰ ਵਾਲੇ ਨੇ ਪੇਪਰ ਵਾਲੇ ਨੇ ਜਦੋਂ ਫੋਟੋ ਲਾਈ ਹੈ ਉਹ ਅਸਲੀ ਲਾਵੇ ਨਾ ਕਿ ਨਕਲੀ ਖਬਰ 'ਤੇ ਖਬਰ ਵਿੱਚ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਹੋ ਸਕਦਾ ਜੀ ਸੱਚੀ ਹੋਵੇ ਜਾਂ ਤੁਹਾਡੇ ਕੋਲ ਨਿਊਜ਼ ਆਈ ਹੈ ਸਾਡਾ ਪੱਖ ਤੁਸੀਂ ਬਾਅਦ 'ਚ ਲਾਉਣਾ ਪਹਿਲਾਂ ਉਹਨਾਂ ਦਾ ਲਾਤਾ ਪਰ ਇਹ ਖਬਰ ਲਾਉਣ ਤੋਂ ਪਹਿਲਾਂ ਫੋਟੋ ਤਾਂ ਤੁਸੀਂ ਚੁੱਕ ਰਹੇ ਹੋ ਨਾ ਇੰਟਰਨੈਟ ਤੋਂ ਲੈ ਰਹੇ ਹੋ ਫੋਟੋ ਤਾਂ ਘੱਟ ਤੋਂ ਘੱਟ ਜਿਹੜੀ ਅਸਲੀ ਹੈ ਲਾਓ ਨਕਲੀ ਬੀਬੀਆਂ ਮੇਰੇ ਬੀਬੀ ਦੇ ਮੂੰਹ ਦੇ ਉੱਤੇ ਇੱਦਾਂ ਹੱਥ ਲਾਇਆ ਤਾਂ ਇੱਦਾਂ ਆਟੋਮੈਟਿਕਲੀ ਇੱਕਦਮ ਹੁੰਦਾ ਅੱਛਾ ਜੇ ਫੋਟੋ ਸੱਚੀ ਹੈ ਇੱਦਾਂ ਦੀ ਫੋਟੋ ਹੈ ਤਾਂ ਫਿਰ ਇਹਦਾ ਮਤਲਬ ਕਿ ਸੱਚਾਈ ਵੀ ਹੋਏਗੀ ਇਹ ਦੂਸਰਾ ਪੱਖ ਹੈ ਜਿਹੜੀ ਲੜਕੀ ਮਰਨ ਵਾਲੀ ਗੱਲ ਜਿੱਥੋਂ ਤੱਕ ਹੈ ਨਾ ਜੀ ਉਹ 22 ਪਿਛਲੇ ਮਹੀਨੇ ਦੀ 22 ਅਪ੍ਰੈਲ ਦੀ ਗੱਲ ਹੈ ਉਹਦੇ ਵਿੱਚ ਉਹ ਬੀਬੀ ਕਹਿੰਦੀ ਹੈ ਕਿ ਇਹਨਾਂ ਨੇ ਬਾਬਿਆਂ ਨੇ ਇੱਕ ਉਹਨੇ ਪਹਿਲਾਂ ਜਿਹੜੀ ਗੱਲ ਕੀਤੀ ਜੋ ਇਹ ਸੱਚਾਈ ਹੈ ਜਿੰਨੀ ਗੱਲ ਸਾਡਾ ਉਹਦੇ 'ਚ ਦੋਸ਼ ਹੋ ਇੰਨਾ ਹੈ ਵੀ ਸਾਡੇ ਸੇਵਾਦਾਰਾਂ ਨੂੰ ਅਸੀਂ ਇੱਥੇ ਨਹੀਂ ਹੈ ਉਸ ਦਿਨ ਅਸੀਂ ਦੇਹਰਾਦੂਨ ਵਿੱਚ ਸੀ ਦੇਹਰਾਦੂਨ ਹੈ ਰਾਤ 22 ਅਪ੍ਰੈਲ ਨੂੰ ਮੈਨੂੰ ਸ਼ਾਮ ਨੂੰ ਫੋਨ ਗਿਆ ਕਹਿੰਦੇ ਇੱਕ ਲੜਕੀ ਬਾਬਾ ਜੀ ਇੱਦਾਂ ਕਰਕੇ ਉਹਦੀ ਸਿਹਤ ਠੀਕ ਨਹੀਂ ਸੀ ਅਤੇ ਮੈਂ ਕਿਹਾ ਵੀ ਕੀ ਕੀਤਾ ਮੈਂ ਆਪਣੇ ਸੇਵਾਦਾਰ ਨੂੰ ਪੁੱਛਿਆ ਉਹਨੇ ਕਿਹਾ ਬਾਬਾ ਜੀ ਅਸੀਂ ਐਂਬੂਲੈਂਸ ਨੂੰ ਵੀ ਬੁਲਾਇਆ ਵੀ ਉਹਨੂੰ ਛੇਤੀ ਦੱਸੋ ਵੀ ਲੱਗਦਾ ਵੀ ਉਹਨੇ ਕੁਛ ਖਾ ਲਿਆ ਜਾਂ ਕੁਛ ਇੱਦਾਂ ਘਰੋਂ ਆਈ ਹੈ ਅਪਸੈਟ ਲੱਗਦੀ ਸੀ ਅਤੇ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਮੈਂ ਕਿਹਾ ਸ਼ਾਬਾਸ਼ ਚੰਗਾ ਕੰਮ ਕੀਤਾ ਉਸ ਤੋਂ ਬਾਅਦ ਐਂਬੂਲੈਂਸ ਆਈ ਪੁਲਿਸ ਵਾਲੇ ਆਏ ਉਹ ਲੜਕੀ ਨੂੰ ਲੈ ਗਏ ਸਾਨੂੰ ਅਗਲੇ ਦਿਨ ਪਤਾ ਲੱਗਾ ਕਿ ਉਹ ਬੱਚੀ ਜਿਹੜੀ ਆ ਉਹ 4-5 ਘੰਟੇ ਬਾਅਦ ਉਹਦੀ ਡੈਥ ਹੋ ਗਈ ਸੀ ਉਹਨੇ ਜ਼ਹਿਰੀਲੀ ਦਵਾਈ ਖਾਧੀ ਸੀ ਮੇਰੇ ਇੱਕਦਮ ਮਨ ਵਿੱਚ ਅਫਸੋਸ ਵੀ ਹੋਇਆ ਮੈਂ ਕਿਹਾ ਚਲੋ ਜੋ ਭਾਣਾ ਵੀ ਕੀ ਹੋਇਆ ਹੋਵੇਗਾ ਉਹ ਆਪੇ ਹੀ ਉਹਨਾਂ ਨੇ ਕੀ ਆ ਕੇ ਬਿਆਨ ਦਿੱਤੇ ਆ ਸਾਰਾ ਕੁਛ ਕੋਈ ਪਤਾ ਨਹੀਂ ਇਸ ਗੱਲ ਦਾ ਉਸ ਤੋਂ ਬਾਅਦ ਅਗਲੇ ਦਿਨ ਹੀ ਕਾਲ ਆਈ ਹੈ ਮੈਨੂੰ ਮੈਨੇਜਰ ਦੀ ਸੇਵਾਦਾਰ ਕਹਿੰਦੇ ਬਾਬਾ ਜੀ ਉਹ ਜਿਹੜਾ ਪਰਿਵਾਰ ਹੈ ਨਾ ਉਹ ਕਹਿੰਦੇ ਕਿ ਅਸੀਂ ਬਹੁਤ ਗਰੀਬ ਹਾਂ ਅਸੀਂ ਭੋਗ ਤੱਕ ਵੀ ਨਹੀਂ ਪਾ ਸਕਦੇ ਵੀ ਸਾਡੀ ਕੁਝ ਹੈਲਪ ਕਰੋ ਜੇ ਤੁਸੀਂ ਹੁਕਮ ਕਰੋ ਤਾਂ ਕੁਛ ਮੈਂ ਕਿਹਾ ਵੀ ਤੂੰ 20,000 ਰੁਪਇਆ ਆਪਣੀ ਸੰਸਥਾ ਵੱਲੋਂ ਤੁਸੀਂ ਉਹਨਾਂ ਨੂੰ ਦੇ ਦਿਓ ਅਤੇ ਇੰਨੀ ਹੈਲਪ ਤੁਸੀਂ ਉਹਨਾਂ ਦੀ ਕਰ ਦਿਓ ਉਹ ਇੱਕ ਆਪਾਂ ਹੋਰ ਵੀ ਬਹੁਤ ਸਾਰੇ ਸਾਡੇ ਕੋਲ ਸਾਈਨ ਨੇ ਘੱਟ ਤੋਂ ਘੱਟ ਵੀ ਇੱਕ ਮਹੀਨੇ 'ਚ ਹਜ਼ਾਰਾਂ ਲੋਕ ਆਉਂਦੇ ਆ ਬੱਚੀਆਂ ਦੀ ਸ਼ਾਦੀਆਂ ਵਾਲੇ ਜਾਂ ਕੋਈ ਹੋਰ ਗਰੀਬ ਆ ਸ਼ਹੀਦ ਪਰਿਵਾਰਾਂ ਦੇ ਬੱਚੇ ਵੀ ਆਉਂਦੇ ਆ ਸਾਡੇ ਕੋਲ ਸਾਈਨ ਨੇ ਤੁਹਾਨੂੰ ਵਿਖਾ ਸਕਦਾ ਕਿ 40-40,000 ਰੁਪਈਆ 20-20,000 ਰੁਪਈਆ ਅਸੀਂ ਦਿੰਦੇ ਹਾਂ ਸ਼ਾਦੀਆਂ ਕਰੋ ਵਿਆਹ ਕਰੋ ਉਹ ਇੱਦਾਂ ਦੀ ਖਬਰ ਬਣੀ ਉਹਨਾਂ ਨੇ ਹੁਣ ਜਦੋਂ ਆਹ ਇਸ਼ੂ ਉੱਠਿਆ ਹੈ ਉਹ ਸਾਰਾ ਰੌਲਾ ਪੈ ਗਿਆ ਉਹ ਬਿਆਨ ਹੋਏ ਆ ਸਾਰਾ ਕੁਛ ਹੋਇਆ ਹੁਣ ਉਹ ਬੀਬੀ ਏਅਰ 'ਤੇ ਜਾ ਕੇ ਬੋਲ ਰਹੀ ਹੈ ਅੱਜ 25 ਦਿਨ ਲੰਘਣ ਤੋਂ ਬਾਅਦ ਉਹ ਬੀਬੀ ਅੱਜ ਬੋਲੀ ਹੈ ਉਹ ਕਹਿੰਦੀ ਹੈ ਜੀ ਇਹਨਾਂ ਨੇ SMS ਕੀਤੇ ਇਹਦੇ ਵਿੱਚ ਖਬਰ ਜਿਹੜੀ ਛਪੀ ਹੈ ਨਾ ਇਹਦੇ ਵਿੱਚ ਨੰਬਰ ਲਿਖਿਆ ਹੋਇਆ ਖਬਰ ਵਿੱਚ ਨੰਬਰ ਹੈ ਕਿ ਮੇਰਾ ਨੰਬਰ ਵੀ ਦਿੱਤਾ ਅਤੇ ਲੜਕੀ ਦਾ ਨੰਬਰ ਵੀ ਦਿੱਤਾ ਵੀ ਸੱਚ ਲੱਗੇ ਬਿਲਕੁਲ ਵੀ ਖਬਰ ਸੱਚੀ ਹੈ ਅਤੇ ਬੋਲ ਵੀ ਰਹੀ ਹੈ ਉਦੋਂ ਵੀ ਉੱਦਾਂ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਘਨਾਉਣਾ ਪਾਪ ਕੀਤਾ ਉਹਦੇ 'ਚ ਇੱਕ ਖਬਰ ਉਹ ਬੀਬੀ ਕਹਿੰਦੀ ਹੈ ਵੀ ਬਾਬਿਆਂ ਨੇ SMS ਕੀਤਾ ਅਤੇ ਸਾਡੀ ਬੜੀ ਗੁਰਸਿੱਖ ਲੜਕੀ ਸੀ ਬਾਣੀ ਪੜ੍ਹਨ ਵਾਲੀ ਸੀ ਅਤੇ ਜਦੋਂ ਉਹਨੂੰ SMS ਕੀਤਾ ਤਾਂ ਉਹ ਪਰੇਸ਼ਾਨ ਹੋ ਗਈ ਵੀ ਇੰਨਾ ਗੰਦਾ SMS ਆ ਗਿਆ ਬਾਬਿਆਂ ਦਾ ਅਤੇ ਇੱਕਦਮ ਉਹ ਇੰਨੀ ਅਪਸੈਟ ਹੋਈ ਅਤੇ ਉਹਨੇ ਆਪਣੀ ਮਾਂ ਨਾਲ ਵੀ ਗੱਲ ਕੀਤੀ ਪਰੇਸ਼ਾਨ ਹੋ ਗਈ ਇਹ ਪਹਿਲਾਂ ਦੀ ਗੱਲ ਹੈ ਅਤੇ 22 ਤਰੀਕ ਨੂੰ ਉਹਨੂੰ ਕਿਸੇ ਸਹੇਲੀ ਦਾ ਫੋਨ ਆਇਆ ਵੀ ਤੂੰ ਗੁਰਦੁਆਰੇ ਆ ਸੰਗਤ ਬਾਹਰੋਂ ਆਈ ਹੈ ਆਪਾਂ ਉਹਨਾਂ ਦੀ ਸੇਵਾ ਕਰਨੀ ਹੈ ਅਤੇ 22 ਤਰੀਕ ਨੂੰ ਸਾਡੀ ਭੈਣ ਗਈ ਅਤੇ ਉੱਥੇ ਉਹਦੀ ਡੈਥ ਹੋ ਗਈ ਇਹਨਾਂ ਦਾ ਫੋਨ ਆਇਆ ਇਹਨਾਂ ਨੇ ਕੁਝ ਖਵਾਤਾ ਪਤਾ ਨਹੀਂ ਕਿਵੇਂ ਮਰ ਗਈ ਇਹਨਾਂ ਨੂੰ ਭਾਜਣਾ ਪੈ ਗਈਆਂ ਐਸੇ ਉਹਨੇ ਸ਼ਬਦ ਵਰਤੇ ਨੇ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਬੇਨਤੀ ਕਰਕੇ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਹੀ ਸਿਆਣੇ ਹੋ ਯਾਰ ਤੁਸੀਂ ਸਭ ਸਿਆਣੇ ਹੋ ਟਾਕ ਸ਼ੋਅ ਕਰਨ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਮੂਰਖ ਤੋਂ ਮੂਰਖ ਬੰਦਾ ਵੀ ਹੈ ਜਿਹੜਾ ਬੜੀਆਂ ਗੱਲਾਂ ਅਸੀਂ ਸੁਣਦੇ ਹਾਂ ਵੀ ਲੋਕ ਇੱਦਾਂ ਦੇ ਕੰਮ ਕਰਦੇ ਨੇ ਕਾਲਾਂ ਕਰਨੀਆਂ SMS ਕਰਨ ਵਾਲਾ ਬੰਦਾ ਪਤਾ ਵੀ ਰਿਟਰਨ ਜਾ ਰਿਹਾ ਮੇਰੇ ਫੋਨ ਤੋਂ ਮੈਂ ਕਰ ਰਿਹਾ ਉਹ ਬੱਚੀ ਗੁਰਸਿੱਖ ਲੜਕੀ ਉਹਨੂੰ ਮੈਂ SMS ਕਰਾਂਗਾ ਤਾਂ ਉਹ ਆਪਣੇ ਮਾਂ ਨੂੰ ਪਿਓ ਨੂੰ ਵਿਖਾਏਗੀ ਔਰ ਪ੍ਰਸ਼ਾਸਨ ਕੋਲ ਜਾਏਗੀ ਮੀਡੀਏ 'ਚ ਜਾਏਗੀ ਕਿੱਡਾ ਜਲੂਸ ਨਿਕਲਦਾ ਮੈਂ ਬਿਲਕੁਲ ਹੀ ਪਾਗਲ ਸਮਝਿਆ ਉਹਨਾਂ ਨੇ ਮੈਨੂੰ ਵੀ ਇੱਕ ਐਡਾ ਬਿਲਕੁਲ ਗਿਰੀ ਹੋਈ ਹਰਕਤ ਵੀ ਮੈਂ SMS ਕਰਾਂਗਾ
ਪਹਿਲੀ ਗੱਲ ਇਹ ਹੈ। ਦੂਜੀ ਗੱਲ SMS ਕੀਤੀ ਜੀ, ਉਹ ਘਬਰਾ ਗਈ ਜੀ, ਉਹ ਪਰੇਸ਼ਾਨ ਹੋ ਗਈ। ਜਿਹੜੇ ਉਹਨੇ ਉਹਨੇ ਬੀਬੀ ਨੇ ਨੰਬਰ ਲਿਖਵਾਏ ਨੇ ਜਾਂ ਉਹਦੇ ਪਿੱਛੇ ਪੂਰਾ ਗਰੁੱਪ ਹੈ ਸਮੇਤ, ਮੈਂ ਅਖਬਾਰਾਂ ਵੀ ਚੈੱਕ ਕਰਵਾ ਲਈਆਂ ਨੇ, ਉਹ ਪ੍ਰਜੈਂਟਰ ਜਿਹੜੇ ਦੋ ਮੀਡੀਏ, ਇੱਕ ਦੋ ਮੀਡੀਏ ਵਾਲੇ ਨੇ, ਉਹ ਬੰਦੇ ਸਾਰਾ ਇੱਕ ਗਰੁੱਪ ਹੈ। ਔਰ ਜਿਸ ਦਿਨ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਸਾਡੇ ਨੇੜੇ ਸੁਖਵਿੰਦਰ ਸਿੰਘ ਸਾਡੇ ਹੱਥ ਆ ਗਿਆ, ਇਹਨਾਂ ਬੰਦਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਨੇ ਵੀ ਅਸੀਂ ਇੱਕ ਪ੍ਰਚਾਰ ਨੂੰ ਹੁਣ ਬੰਦ ਕਰਨਾ। ਮੈਂ ਤਾਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਕਿ ਅਸੀਂ ਆਪਣਾ ਕੁਛ ਨਹੀਂ ਅੱਜ ਤੱਕ ਬਣਾਇਆ, ਨਾ ਬਣਾਉਣਾ ਹੈ ਸਾਰੀ ਜ਼ਿੰਦਗੀ। ਉਹਨਾਂ ਨੇ ਬੜੀ ਖੁਸ਼ੀ ਮਨਾਈ, ਪਰ ਜਦੋਂ ਉਹਨਾਂ ਦੇ ਹੱਥੋਂ ਮੁੱਦਾ ਜਾਂਦਾ ਦਿਸਿਆ, ਉਹ ਗੁਰਪ੍ਰੀਤ ਵਾਲਾ ਮੁੱਦਾ, ਉਹਦੇ ਵਿੱਚ ਕੋਈ ਤੱਤ ਨਹੀਂ ਹੈ, ਕੋਈ ਸੱਚਾਈ ਨਹੀਂ ਹੈ, ਉਹ ਨਾ ਰੇਪ ਹੋਇਆ ਅਤੇ ਨਾ ਵਿੱਚ ਉਹਦੇ 'ਚ ਮੈਂ ਵੀ ਅੱਗੇ ਕਿਸੇ ਗੱਲ ਹੀ ਨਹੀਂ ਆਉਂਦੀ ਕੋਈ ਅੱਗੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਤੀਸਰੀ ਗੱਲ ਲੈ ਜਾਂਦੀ ਹੈ, ਉਹ ਬੀਬੀ ਨੂੰ, ਉਹਦੀ ਜਸਵਿੰਦਰ ਕੌਰ ਉਹਦੀ ਭੈਣ ਹੈ, ਉਹਨੂੰ ਖੜਿਆ ਕੀਤਾ। ਅੱਛਾ, ਜਿਸ ਵੇਲੇ ਅਸੀਂ ਲਾਈਵ ਬੋਲੇ ਹਾਂ, ਸਾਡੇ ਮੈਨੇਜਰ ਨੂੰ ਉਸ ਬੀਬੀ ਦਾ ਫੋਨ ਆਉਂਦਾ ਪਰਿਵਾਰ ਦਾ ਕਿ ਅਸੀਂ ਮੀਡੀਆ 'ਚ ਜਾਵਾਂਗੇ, ਸਾਡੀ ਕੁੜੀ ਵੀ ਇੱਥੇ ਮਰੀ ਹੈ, ਇੱਕ ਬਲੈਕਮੇਲ ਕਰਨ ਵਾਂਗੂ ਅਸੀਂ ਵੀ ਮੀਡੀਆ 'ਚ ਜਾਣਾ, ਸ਼ਬਦ ਉਹਨਾਂ ਦੇ, ਸਾਡੀ ਤੁਸੀਂ ਕਿਸੇ ਨਾ ਕਿਸੇ ਸਾਡੇ ਨਾਲ ਬਹਿ ਕੇ ਗੱਲ ਕਰੋ, ਇੱਦਾਂ ਦੀ ਗੱਲ ਆਈ ਸਾਹਮਣੇ। ਮੈਨੂੰ ਉਹਨੇ ਕਿਹਾ ਬਾਬਾ ਜੀ ਇੱਦਾਂ, ਮੈਂ ਕਿਹਾ ਕੋਈ ਸਾਡਾ 1% ਇਹਦੇ ਵਿੱਚ ਰੋਲ ਹੀ ਨਹੀਂ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਜਿੱਥੇ ਇਹਨਾਂ ਨੇ ਜਾਣਾ ਜਾਣ ਦਿਓ, ਜੇ ਬੋਲਣਗੇ ਤਾਂ ਅਸੀਂ ਆਪਣਾ ਸਪਸ਼ਟੀਕਰਨ ਦੇਵਾਂਗੇ ਵੀ ਇਹਦੇ 'ਚ ਸਾਡਾ ਰੋਲ ਕੀ ਹੈ। ਹੁਣ ਮੈਂ ਖਬਰ ਵੀ ਪੜ੍ਹ ਲਈ, ਬੀਬੀ ਨੂੰ ਬੋਲਦਿਆਂ ਵੀ ਸੁਣ ਲਿਆ, ਅਤੇ ਮੈਂ ਹੁਣ ਬੇਨਤੀ ਇਹ ਕਰਦਾ ਵੀ ਪਹਿਲੀ ਗੱਲ, ਉਹਨਾਂ ਨੇ ਜਿਹੜਾ ਨੰਬਰ ਮੇਰਾ ਅਖਬਾਰ 'ਚ ਦਿੱਤਾ ਹੈ, ਉਹ ਨੰਬਰ ਹੈ 9415700601, ਜੋ ਕਿ ਮੇਰਾ ਨੰਬਰ ਨਹੀਂ ਹੈ, ਵੀ ਇਹ ਬਾਬੇ ਦਾ ਨੰਬਰ ਹੈ, ਇਹ ਨੰਬਰ ਹੈ, ਇਹ ਨੰਬਰ ਉਦਣ ਤੋਂ ਬੰਦ ਪਿਆ, ਇਹ ਨੰਬਰ ਉਦਣ ਤੋਂ ਬੰਦ ਪਿਆ। ਮੈਂ ਹੁਣ ਬੇਨਤੀ ਇਹ ਕਰਦਾ ਵੀ ਇਹ ਜਿਹੜਾ ਨੰਬਰ ਉਹਨੇ ਮੇਰਾ ਦਿੱਤਾ ਹੈ, ਵਿਦੇਸ਼ਾਂ 'ਚ ਰਹਿਣ ਵਾਲੇ ਵੀ, ਇੰਡੀਆ 'ਚ ਰਹਿਣ ਵਾਲੇ ਵੀ, ਸਾਰਿਆਂ ਦੇ ਬਹੁਤ ਸੰਬੰਧ ਨੇ, ਵਿਦੇਸ਼ਾਂ 'ਚ ਕਈ ਬੰਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਨੇ, ਉਹਨਾਂ ਦੀ ਤਾਕਤ ਹੈ, ਸਿੱਖਾਂ ਦੀ, ਮੁੱਖ ਮੰਤਰੀ ਨਾਲ ਗੱਲ ਕਰਦੇ ਨੇ, ਵੱਡੇ ਵੱਡੇ ਅਫਸਰਾਂ ਤੱਕ ਪਹੁੰਚ ਹੈ, ਇਹਨਾਂ ਨੇ ਬਾਹਰ ਜਾਣਾ, ਉਹਨਾਂ ਨੇ ਇੱਥੇ ਆਉਣਾ, ਇਹਨਾਂ ਦੇ ਬੜੇ ਲਿੰਕ ਨੇ ਆਪਸ 'ਚ, ਮੀਡੀਏ ਵਾਲੇ ਵੀ ਕਢਾ ਸਕਦੇ ਨੇ, ਕਢਾ ਲੈਣ। ਇਹ ਜਿਹੜਾ ਨੰਬਰ ਹੈ, ਪਤਾ ਕਰੋ ਵੀ ਜਿਹੜਾ ਉਹ ਬੀਬੀ ਨੰਬਰ ਦੇ ਰਹੀ ਹੈ, ਨੰਬਰ ਕਿਹਦੇ ਨਾਂ 'ਤੇ ਚੱਲਿਆ, ਕਦੋਂ ਤੋਂ ਇਹ ਬੰਦ ਪਿਆ, ਕੀ ਇਹ ਨੰਬਰ ਹੈ ਵੀ ਹੈ ਕਿ ਨਹੀਂ ਹੈ, ਇਹ ਕਿਹਦਾ ਨੰਬਰ ਹੈ ਜਿਹੜਾ SMS ਕਰਦਾ, ਉਹਦੇ ਨਾਲ ਕੋਈ ਮੇਰਾ ਲਿੰਕ ਬਣਦਾ ਹੋਏਗਾ ਤਾਂ ਗੱਲ ਕੁਝ ਸਾਹਮਣੇ ਆਏਗੀ। ਇਹ ਝੂਠਾ ਨੰਬਰ ਦੇ ਦਿੱਤਾ। ਔਰ ਜਿਹੜਾ ਮੈਂ ਹੁਣ ਆਪਣਾ ਨੰਬਰ ਬੋਲ ਦਿੰਦਾ, ਕਿਉਂਕਿ ਹੁਣ ਮੀਡੀਆ 'ਚ ਗੱਲ ਆਈ ਹੈ, ਮੈਂ ਮਹੀਨੇ ਦੋ ਮਹੀਨੇ ਬਾਅਦ ਅਜੇ ਤਾਂ ਚੱਲਣ ਦਿਆਂਗਾ ਨੰਬਰ, ਕਿਉਂਕਿ ਜਦੋਂ ਫੋਨ ਤੁਸੀਂ ਇੱਦਾਂ ਓਪਨ ਦਿਓਗੇ ਤਾਂ ਮੈਨੂੰ ਪਤਾ ਬੜੀਆਂ ਕਾਲਾਂ ਆਉਣੀਆਂ, ਪਰ ਮੈਂ ਆਪਣਾ ਨੰਬਰ ਬੋਲ ਦੇਣਾ। ਮੇਰਾ ਨੰਬਰ 98, ਉਹ ਹੈ 494, ਨੰਬਰ ਸੇਮ ਹੈ ਪਿਛਲਾ, ਪਰ ਅੱਗੇ 98 ਹੈ, ਉਹਦੇ ਹੈ 94, ਇਹ ਫਰਕ ਪੈ ਗਿਆ ਨਾ ਇੱਕ ਅੱਖਰ ਦਾ, ਅੱਖਰ ਦਾ। ਮੇਰਾ ਨੰਬਰ ਇਹ ਹੈ, ਮੇਰੀ ਸਾਡੇ ਪਿਆਰ ਵਾਲੇ ਸਾਰੀ ਸੰਗਤ ਇਸੇ ਨੰਬਰ 'ਤੇ ਮੇਰੇ ਨਾਲ ਗੱਲ ਕਰਦੀ ਹੈ, ਮੀਡੀਆ ਵਾਲੇ ਮੇਰੇ ਨਾਲ ਗੱਲ ਕਰਦੇ ਨੇ, ਹੋਰ ਵੀ ਨੰਬਰ ਸਾਡੇ ਜਿੰਨੇ ਚੱਲਦੇ ਨੇ, ਸਾਰੇ ਨੰਬਰ ਇਕੱਲੇ ਇਕੱਲੇ ਨੰਬਰ ਜਿਹੜੇ ਨੇ ਉਹ ਬਾਹਰ ਵਾਲੇ ਜਿਹੜੇ ਨੇ ਪਤਾ ਕਰਾ ਲੈਣ, ਉਦੋਂ ਬਾਅਦ ਉਹਦੀਆਂ ਡਿਟੇਲਾਂ ਕਢਾ ਲੈਣ। ਮੇਰੇ ਵੱਲੋਂ ਇੱਕ ਵੀ ਕਾਲ, ਉਹ ਜਿਹੜੀ ਕਹਿੰਦੇ ਨੇ ਸਾਡੀ ਬੱਚੀ ਉਹਦੀ ਡਿਟੇਲ ਕਢਾਉਣ, ਇੱਕ ਕਾਲ ਵੀ ਮੇਰੇ ਵੱਲੋਂ ਗਈ ਹੋਵੇਗੀ, ਮੈਂ ਕਾਲ ਕੀਤੀ ਹੋਵੇਗੀ ਜਾਂ ਮੇਰਾ ਕੋਈ SMS ਕੀਤਾ ਹੋਵੇਗਾ, ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ। ਵਿਦੇਸ਼ਾਂ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਇੱਦਾਂ ਦੇ ਸਵਾਲ ਇਹ ਲੋਕ ਉਠਾ ਰਹੇ ਆ, ਅਤੇ ਇਹਦੀ ਇੱਕ ਮੈਂ ਡਿਸਕਸ਼ਨ ਹੋਈ ਹੈ ਸੰਗਤ TV ਵਾਲਿਆਂ ਨੇ ਕੀਤੀ, ਸਾਰੇ ਸਿੱਖ ਜਥੇਬੰਦੀਆਂ ਉਹਦੇ 'ਚ ਬੈਠੀ, ਮੈਂ ਉਹ ਪੂਰਾ ਕੱਲ੍ਹ ਸੁਣਿਆ, ਮੈਂ ਖੁਦ ਬਿਜ਼ੀ ਰਿਹਾ, ਬਾਹਰ ਬੋਲਦਾ ਰਿਹਾ, ਔਰ ਉਸ ਤੋਂ ਬਾਅਦ ਫਿਰ ਮਰਿੰਡੇ ਪ੍ਰੋਗਰਾਮ ਚੱਲਦੇ ਸੀ, ਉਹਦੇ ਵਿੱਚ ਵੀ ਮੈਂ ਜਾਂਦਾ ਰਿਹਾ, ਕੱਲ੍ਹ ਵੀ ਮੈਂ ਦੁਆਨ ਤੋਂ ਆਇਆ, ਅੱਜ ਵੀ ਚੱਲੇ ਹੀ ਹਾਂ ਪ੍ਰੋਗਰਾਮ 'ਤੇ, ਉਹ ਮੈਂ ਪੂਰੀ ਡਿਸਕਸ਼ਨ ਜੋ ਵੀ ਹੋਈ ਸਾਰੀ ਸੁਣੀ, ਅਤੇ ਮਨ ਬੜਾ ਹੀ ਖੁਸ਼ ਹੋਇਆ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕੋਈ ਹੱਕ 'ਚ ਬੋਲੇ ਵੀ ਬੜੇ ਬਾਬੇ ਆ ਜੀ, ਬੜੇ ਆ, ਚਲੋ ਇੰਨਾ ਮੈਨੂੰ ਇੱਕ ਸਪੋਰਟ ਮਿਲੀ, ਗੁਰੂ ਨਾਨਕ ਸਾਹਿਬ ਨੇ ਲੰਗਰ ਲਾਏ ਰਾਏ ਬੁਲਾਰ, ਉਹਨਾਂ ਦੇ ਹੱਕ 'ਚ ਖਲੋਤਾ, ਚਪੇੜਾਂ ਖਾ ਕੇ ਪਿਓ ਦੀਆਂ ਵੀ, ਪਰ ਹੱਕ 'ਚ ਖਲੋਣ ਵਾਲੇ ਵੀ ਆ ਜਾਂਦੇ, ਬੜੀ ਖੁਸ਼ੀ ਹੋਈ ਵੀ ਯਾਰ ਸਾਡੇ ਇਹਨਾਂ ਨੇ ਹੱਕ 'ਚ ਬੋਲੇ ਆ। ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਭਾਈ ਮੋਹਕਮ ਸਿੰਘ ਜੀ, ਭਾਈ ਰਾਮ ਸਿੰਘ ਜੀ ਟਕਸਾਲ ਵਾਲੇ, ਬਾਬਾ ਭਜਨ ਸਿੰਘ ਨਾਨਕਸਰ ਵਾਲੇ ਰਾਗੀ ਜਥਿਆਂ ਵਿੱਚੋਂ ਵੀ, ਅਤੇ ਮੈਂ ਇਹ ਗੱਲ ਬਾਣੇ 'ਤੇ ਹੱਥ ਰੱਖ ਕੇ ਕਹਿ ਸਕਦਾ ਕਿ ਮੈਂ ਜਥੇਦਾਰ ਜੀ ਨਾਲ ਗੱਲ ਨਹੀਂ ਕੀਤੀ, ਜਸਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਨਾਲ ਵੀ ਮੇਰੇ ਹੱਕ 'ਚ ਬੋਲੋ, ਉਹਨਾਂ ਨੇ ਮੇਰਾ ਪੱਖ ਸੁਣਿਆ, ਅਤੇ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਆਪਣੇ ਆਪ ਉਹਨਾਂ ਨੇ, ਔਰ ਜਥੇਬੰਦੀਆਂ ਵਾਲਿਆਂ ਨਾਲ ਵੀ ਮੇਰੀ ਕਿਸੇ ਨਾਲ ਵੀ ਤੁਸੀਂ ਮੇਰੇ ਹੱਕ 'ਚ ਜਾਓ ਜੀ ਚੈਨਲ 'ਤੇ ਬੋਲੋ ਜੀ, ਮੈਂ ਨਹੀਂ ਕਿਹਾ,
ਪਰ ਮੈਨੂੰ ਖੁਸ਼ੀ ਬੜੀ ਹੋਈ ਕਿ ਜੋਗਾ ਸਿੰਘ ਹੁਣਾਂ ਨੇ ਗੱਲ ਕਮਾਲ ਦੀ ਕਹੀ। ਉਹਨਾਂ ਨੇ ਕਿਹਾ ਕਿ ਜਥੇ ਚਾਹੀਦਾ ਹੈ ਕਿ ਇੱਦਾਂ ਦਾ ਸਵਾਲ ਕਿਸੇ 'ਤੇ ਵੀ ਉੱਠ ਸਕਦਾ, ਕੱਲ੍ਹ ਨੂੰ ਕਿਸੇ ਜਥੇਬੰਦੀ 'ਤੇ, ਕਿਸੇ ਸੰਤ 'ਤੇ, ਕਿਸੇ ਰਾਗੀ ਪ੍ਰਚਾਰਕ 'ਤੇ ਉੱਠ ਸਕਦਾ। ਅਸੀਂ ਇੱਕ ਪੈਨਲ ਕਿਉਂ ਨਹੀਂ ਬਣਾਉਂਦੇ ਵੀ ਇਨਕੁਆਇਰੀ ਆਪਾਂ ਅਕਾਲ ਤਖ਼ਤ ਸਾਹਿਬ ਕਰੇ, ਜੇ ਇੰਡੀਆ ਵਾਲੇ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਬਾਹਰਲੇ ਕਰ ਲਿਆ ਕਰੀਏ, ਵੀ ਇਨਕੁਆਇਰੀ ਕਰ ਲਈਏ ਹਰ ਗੱਲ ਦੀ, ਅਤੇ ਜਿਹੜਾ ਸਾਹਮਣੇ ਆਵੇ ਫਿਰ ਮੀਡੀਆ ਸਾਹਮਣੇ ਫਿਰ ਲੈ ਆਈਏ ਵੀ ਆਹ ਬੰਦਾ ਇੱਥੋਂ ਖੋਟਾ। ਅਤੇ ਮੈਂ ਪਹਿਲੀ ਗੱਲਾਂ 'ਚ ਵੀ ਸੁਖਵਿੰਦਰ ਸਿੰਘ ਦੇ ਕੇਸ 'ਚ ਵੀ ਕਹਿ ਚੁੱਕਿਆ ਵੀ ਜਿੱਥੇ ਮੇਰਾ ਕਸੂਰ ਤੁਹਾਨੂੰ ਲੱਗਦਾ ਮੈਂ ਤੁਹਾਡੇ ਵਿੱਚ ਜਵਾਬ ਦੇ ਹਾਂ। ਅਤੇ ਆਹ ਜਿਹੜੀਆਂ ਗੱਲਾਂ ਨੇ ਮੇਰੇ ਜਿੰਨੇ ਨੰਬਰ, ਉਹ ਬੀਬੀ ਨੂੰ ਕੋਈ ਨੰਬਰ ਬੋਲ, ਜੇ ਉਹ ਮੇਰਾ ਨੰਬਰ ਗਲਤ ਬੋਲ ਰਹੀ ਹੈ, ਲਿਖਿਆ ਗਲਤ ਹੈ, ਬੋਲ ਵੀ ਗਲਤ ਰਹੀ ਹੈ, ਉਹ ਨੰਬਰ ਕਿਹਦਾ ਹੈ ਪਤਾ ਕਰਾਇਆ ਜਾਵੇ। ਮੇਰਾ ਨੰਬਰ ਮੇਰਾ ਚੈੱਕ ਕਰਾ ਲਓ, ਨੰਬਰ ਜਿੱਥੇ ਮਰਜ਼ੀ ਚੈੱਕ ਕਰਾ ਲਓ ਕਿ ਮੇਰੇ ਵੱਲੋਂ ਕਿਸੇ ਲੜਕੀ ਨਾਲ ਕਾਲ ਵੀ ਮੇਰੇ, ਮੈਂ ਜਿੱਥੇ ਜਿੱਥੇ ਕਾਲਾਂ ਕਰਦਾ ਉਹ ਕੌਣ ਹੈ, ਉਹ ਜਿਹਨਾਂ ਨਾਲ ਮੇਰੀ ਲੰਮੀ ਲੰਮੀ ਗੱਲ ਮੈਂ ਕਰਦਾ, ਮੇਰੇ ਅੱਧਾ ਅੱਧਾ ਘੰਟਾ ਵੀ ਸਾਡੇ ਪਿਆਰ ਵਾਲੇ ਸਿੰਘਾਂ ਨਾਲ, ਚੜ੍ਹਦੀ ਕਲਾ ਵਾਲੇ ਸਿੰਘਾਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ। ਅੱਛਾ, ਇਹ ਵੀ ਗੱਲ ਮੈਂ ਤੁਹਾਨੂੰ ਨਾਲ ਸਪਸ਼ਟ ਕਰਦਿਆਂ, ਹੁਣ ਤੁਸੀਂ ਮੇਰੀ ਡਿਟੇਲ ਜਦੋਂ ਕਢਾਓਗੇ ਉਹਦੇ ਵਿੱਚ ਤੁਹਾਨੂੰ ਇੱਦਾਂ ਵੀ ਨਜ਼ਰ ਆਏਗਾ ਕਿ 100-100 ਮਿਸ ਕਾਲ ਇੱਕ ਦਿਨ 'ਚ, 200-200, 300-300 ਮਿਸਡ ਕਾਲ 'ਚ, ਇੱਦਾਂ ਦੇ ਬੱਚੇ ਕਈ, ਤੁਹਾਨੂੰ ਪਤਾ ਸਾਰੇ ਤਰ੍ਹਾਂ ਦੀ ਦੁਨੀਆ, ਕਈ ਪਰੇਸ਼ਾਨ ਕਰਨ ਵਾਲੇ ਵੀ ਹੁੰਦੇ ਨੇ, ਬਾਬਾ ਜੀ ਕਿੱਥੇ ਪਹੁੰਚ ਗਏ, ਕਿੱਥੇ ਚਲੇ ਗਏ, ਹੁਣ ਕਿੱਥੇ ਹੋ। ਮੈਂ ਦੇਖ ਲੈਣਾ ਵੀ ਬੱਚੇ ਹੋਰ ਹਿਸਾਬ ਦੀ ਇਹਨਾਂ ਦੀ ਸੁਰ ਸਮਝ ਲੈਂਦੇ ਨਾ ਆਪਾਂ, ਆਪਾਂ ਉਸ ਵੇਲੇ ਫੋਨ ਕੱਟ ਕਰ ਦੇਣ, ਫਿਰ ਕੱਟ ਇਹ ਫੋਨ ਆਪਾਂ ਮੈਂ ਫੀਡ ਕਰ ਵੀ ਨਹੀਂ ਸੁਣਨ ਵਾਲਾ, ਇਹ ਸਾਡੇ ਕੰਮ ਵਾਲੀ ਗੱਲ ਨਹੀਂ ਹੈ, ਇਹ ਉਲਟ ਚੱਲਣ। ਤੁਹਾਨੂੰ ਪਤਾ ਹੈ ਮੈਂ ਦੱਸ ਰਿਹਾ, ਸਪਸ਼ਟ ਸਮਝ ਰਹੇ ਹੋ ਤੁਸੀਂ ਮੇਰੀ ਗੱਲ ਕਿ ਬੱਚੇ ਕਈ ਜਿਹੜੇ ਨੇ ਉਹ ਭਾਵਨਾ ਹੀ ਉਹਨਾਂ ਦੀ ਹੋਰ ਟਾਈਪ ਦੀ ਹੈ। ਉਹ ਤਾਂ ਤੁਹਾਨੂੰ ਨਜ਼ਰ ਆਏਗਾ ਕਿ 200 ਫੋਨ ਆਇਆ ਪਰ ਅਟੈਂਡ ਨਹੀਂ ਕੀਤਾ। ਜੇ ਉਹ ਲੜਕੀ ਦਾ ਨੰਬਰ ਕਿਤੇ ਹੋ ਸਕਦਾ ਮੇਰੇ ਫੋਨ 'ਤੇ ਆਇਆ ਵੀ ਹੋਏਗਾ ਅਤੇ ਉਹ ਅਟੈਂਡ ਨਹੀਂ ਹੋਇਆ ਹੋਵੇਗਾ, ਇਹ ਸਪਸ਼ਟ ਕਰੇਗੀ ਮੇਰੀ ਜਿਹੜੀ ਤੁਸੀਂ ਡਿਟੇਲ ਕਢਾਓਗੇ, ਪਹਿਲੀ ਗੱਲ ਇਹ। ਦੂਜੀ ਗੱਲ ਇਹ ਹੈ ਕਿ ਜੇ ਕੋਈ ਮੈਂ SMS ਕੀਤਾ ਜਾਂ ਮੈਂ ਕੋਈ ਕਾਲ ਕੀਤੀ ਹੈ ਫਿਰ ਮੈਂ ਦੋਸ਼ੀ ਹੁੰਦਾ, ਉਹ ਪਰੇਸ਼ਾਨ ਹੋਈ। ਅੱਛਾ, ਜੇ ਮੈਂ SMS ਕੀਤਾ ਉਹ ਦੁਬਾਰਾ ਸਾਡੇ ਸਥਾਨ 'ਤੇ ਕੀ ਕਰਨ ਆਈ, ਵੀ ਉਹ ਪਰੇਸ਼ਾਨ ਹੋ ਗਈ, ਮਾਂ ਨਾਲ ਉਹਨੇ ਗੱਲ ਕੀਤੀ, ਉਹ ਲੜਕੀ ਫਿਰ ਉੱਥੇ 22 ਤਰੀਕ ਨੂੰ ਕੀ ਕਰਨ ਗਈ, ਉਹ ਭੈਣ ਨੂੰ ਪੁੱਛਿਆ ਜਾਣਾ ਚਾਹੀਦਾ ਸਵਾਲ ਵੀ ਬੀਬੀ ਤੂੰ ਕਹਿ ਰਹੀ ਹੈ ਵੀ ਜਸਵਿੰਦਰ ਕੌਰ ਫਿਰ ਚਲੀ ਗਈ, ਕਿਉਂ ਗਈ। ਇੱਕ ਸਵਾਲ ਉਹਨੂੰ ਪੁੱਛਿਆ, ਕਹਿੰਦੇ 28-29 ਸਾਲ ਦੀ ਤੁਸੀਂ ਵਿਆਹ ਕਿਉਂ ਨਹੀਂ ਕੀਤਾ, ਉਹ ਕਹਿਣ ਲੱਗੀ ਉਹ ਕਹਿੰਦੀ ਸੀ ਕਿ ਜੇ ਤੁਸੀਂ ਮੇਰਾ ਵਿਆਹ ਕਰੋਗੇ ਮੈਂ ਜ਼ਹਿਰ ਖਾ ਕੇ ਮਰ ਜਾਂਗੀ, ਹੋ ਸਕਦਾ ਉਹ ਤਾਂ ਹੀ ਮਰ ਗਈ ਹੋਵੇ, ਇਹਨਾਂ ਨੇ ਵਿਆਹ ਦੀ ਗੱਲ ਕੀਤੀ ਹੋਵੇ, ਉਹ ਕਹਿੰਦੀ ਸੀ ਕਿ ਮੈਂ ਧਮਕੀ ਦਿੰਦੀ ਸੀ ਕਿ ਮੈਂ ਜ਼ਹਿਰ ਖਾ ਕੇ ਮਰ ਜਾਂਗੀ, ਕੀ ਇਹਦਾ ਹੋਇਆ, ਇਹ ਸਾਰੇ ਦਾ ਸਾਰਾ ਪਤਾ ਕੀਤਾ ਜਾ ਸਕਦਾ। ਦੂਜਾ ਇੱਕ ਸਵਾਲ ਹੋਇਆ, ਕਹਿੰਦੇ ਸਾਨੂੰ ਖਬਰ ਆਈ ਤੁਹਾਡੀ ਕੁੜੀ ਮਰ ਗਈ ਹੈ, ਅਸੀਂ ਸਾਰਾ ਪਰਿਵਾਰ ਗਏ, ਜਾਂਦਿਆਂ ਨੂੰ ਉਹ ਤੜਫ ਰਹੀ ਸੀ, ਕਹਿੰਦੇ ਉਸ ਵੇਲੇ ਉਹਨੇ ਕਿਹਾ ਕਿ ਮੈਂ ਸ਼ਬਦ ਮਹਾਰਾਜ ਜੀ ਕਰਕੇ ਮੈਂ ਜਾਨ ਦੇ ਰਹੀ ਹਾਂ, ਇੱਦਾਂ ਕਹਿੰਦੇ ਕਹੀ ਅਤੇ ਉਹ ਮਰ ਗਈ। ਇਹ ਕੀ ਤੁੱਕ ਬਣੀ ਹੈ, ਕੀ ਸਿਸਟਮ ਹੈ, ਕੀ ਬਣਦਾ। ਦੂਸਰੀ ਗੱਲ ਉਹ ਕਹਿੰਦੀ ਹੈ ਕਿ ਅਸੀਂ ਉੱਥੇ ਬੌਂਦਲੇ ਹੋਏ ਸੀ ਸਾਰਿਆਂ ਨੇ, ਅਸੀਂ ਉਹਨਾਂ ਦੀ ਮੈਂ ਹੁਣ ਜਦੋਂ ਇਹ ਗੱਲ ਇਸ਼ੂ ਉੱਠਿਆ ਤਾਂ ਮੈਂ ਕਿਹਾ ਹੁਣ ਗੌਰ ਕਰੋ ਯਾਰ, ਇਹ ਗੱਲ ਇੱਕ ਹੋਰ ਸਾਡੇ ਗੱਲ ਲੱਗੇ ਆ ਪਾਣੇ ਦਾ, ਪਤਾ ਕਰੋ ਹੈ ਕੀ ਹੈ। ਅਸੀਂ ਚੌਂਕੀ ਪਸਿਆਣਾ ਸਾਡੇ ਨੇੜੇ ਪੈਂਦੀ ਉੱਥੇ ਗਏ ਹਾਂ, ਉਹਨਾਂ ਦੇ ਜਿਹੜੇ ਉਸ ਵੇਲੇ ਬਿਆਨ ਦੇ ਕੇ ਗਏ ਆ ਉਹਨਾਂ ਨੇ, ਉਹ ਜੋ ਕੁਛ ਵੀ ਲਿਖਿਆ ਹੁੰਦਾ ਨਾ ਜੀ ਲਿਖਾਇਆ ਜਾਂਦਾ, ਉਹ ਬਿਆਨ ਦਿੱਤੇ ਆ ਜਿਹੜੇ, ਉਹ ਲਿਆਂਦੇ ਅਸੀਂ, ਮੇਰੇ ਕੋਲ ਪਈ ਆ ਕਾਪੀ। 7 ਜੀਆਂ ਨੇ ਇਹਨਾਂ ਦੇ, 2 ਭਰਾਵਾਂ ਨੇ, 1 ਮਾਂ ਨੇ, 4 ਭੈਣਾਂ ਨੇ, ਇਹ 7 ਜੀ ਆਏ, 7 ਨੇ ਸਾਈਨ ਕੀਤੇ, ਜਸਵਿੰਦਰ ਕੌਰ ਦੇ ਵਿੱਚ ਸਾਈਨ ਹੋਏ ਆ ਕਿ ਅਸੀਂ ਲਾਸ਼ ਲੈ ਕੇ ਜਾ ਰਹੇ ਹਾਂ, ਔਰ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਇਹਦੇ ਵਿੱਚ ਕੋਈ ਦੋਸ਼ੀ ਨਹੀਂ ਹੈ, ਜ਼ਹਿਰੀਲੀ ਦਵਾ ਖਾਣ ਕਰਕੇ ਜਾਂ ਕੋਈ ਐਸੀ ਦਵਾ ਉਹਨੇ ਖਾਧੀ ਜਿਹੜੀ ਉਹਨੂੰ ਇਨਫੈਕਸ਼ਨ ਕਰ ਗਈ, ਸਾਡੀ ਬੱਚੀ ਦੀ ਮੌਤ ਹੋ ਗਈ ਹੈ, ਕੋਈ ਦੋਸ਼ੀ ਨਹੀਂ ਹੈ, ਅਸੀਂ ਆਪਣੀ ਲਾਸ਼ ਲੈ ਕੇ ਗਏ, ਸੰਸਕਾਰ ਕਰ ਲਿਆ, ਭੋਗ ਵੀ ਪਾ ਲਿਆ, ਸਭ ਕੁਝ ਹੋ ਗਿਆ। ਉਦੋਂ ਬਾਅਦ 25 ਦਿਨਾਂ ਬਾਅਦ ਲੰਘਣ ਬਾਅਦ ਅੱਜ ਇਹ ਗੱਲ ਸਾਹਮਣੇ ਆ ਗਈ ਵੀ ਅਖੇ ਜੀ ਉਹਨਾਂ ਨੇ ਸਾਨੂੰ ਅਖੇ 6 ਲੱਖ ਰੁਪਇਆ ਦੇ ਕੇ ਗੱਲ ਦਬਾਈ ਹੈ, ਦੱਸਣ ਕਿ ਕਿਹੜੇ ਸਿੰਘ ਨੇ ਸਾਡੇ ਨੇ 6 ਲੱਖ ਰੁਪਈਆ ਦਿੱਤਾ। ਉਹ ਕਹਿੰਦੇ 87 ਬੰਦੇ ਆਏ ਸੀਗੇ, ਕਿਉਂ 6 ਲੱਖ ਰੁਪਈਆ ਫੜਿਆ ਉਹਨਾਂ ਨੇ, ਕਿਹੜਾ 6 ਲੱਖ ਕਾਹਦਾ ਫੜਿਆ। ਜਦੋਂ 6 ਲੱਖ ਰੁਪਈਆ ਪਹਿਲਾਂ ਤਾਂ ਚਲੋ ਮੰਨ ਲਓ ਬੌਂਦਲੇ ਹੋਏ ਸੀ, ਸਾਈਨ ਕਰ ਦਿੱਤੇ, ਉਦਣ ਰੌਲਾ ਪਾਉਂਦੇ ਵੀ ਇਹ ਸਾਡੀ ਲੜਕੀ ਬੋਲ ਕੇ ਬਿਆਨ ਦੇ ਕੇ ਗਈ ਹੈ, ਅਸੀਂ ਸਾਈਨ ਨਹੀਂ ਕਰਨੇ। ਉਦਣ ਤੁਸੀਂ ਸਾਈਨ ਕਰਦੇ ਹੋ, ਸੰਸਕਾਰ ਕਰ ਲੈਂਦੇ ਹੋ, ਭੋਗ ਵੀ ਪਾ ਲੈਂਦੇ ਹੋ, ਫਿਰ ਤੁਸੀਂ ਕਹਿੰਦੇ ਹੋ ਜੀ 6 ਲੱਖ ਰੁਪਈਏ 'ਚ ਸਾਡੇ ਨਾਲ ਫੈਸਲਾ। ਮੈਂ ਫੋਨ ਕੀਤਾ, ਸੁਣਿਓ ਜ਼ਰਾ, ਮੈਂ ਫੋਨ ਕੀਤਾ ਬਾਬਿਆਂ ਨੂੰ, ਮੈਂ ਕਿਹਾ ਅਸੀਂ ਮੀਡੀਆ 'ਚ ਜਾਵਾਂਗੇ, ਅਤੇ ਫਿਰ ਡਰ ਗਏ, ਅਤੇ ਫਿਰ ਸਾਨੂੰ ਕਹਿੰਦੇ 86 ਦਬਾਅ ਪਾਇਆ, ਇੱਕ ਮੰਤਰੀ ਦਾ ਵੀ ਨਾਂ ਬੋਲਿਆ ਕਿ ਉਹਨਾਂ ਦੇ ਥਰੂ ਸਾਨੂੰ 6 ਲੱਖ ਰੁਪਈਆ ਦੇ ਗਏ, ਇਹਨਾਂ ਨੇ 6 ਲੱਖ ਕਾਹਦਾ ਫੜਿਆ। ਅੱਛਾ, ਇਹ ਕਹਿੰਦੇ ਸਾਡੇ ਤੋਂ, ਉਦਣ ਫਿਰ ਇਹਨਾਂ ਨੇ ਸਾਈਨ ਕਿਉਂ ਕੀਤੇ, ਉਦਣ ਇਹਨਾਂ ਦਾ ਦਿਮਾਗ ਇੰਨੇ ਦਿਨ ਲੰਘ ਗਏ ਸੀ, ਉਦਣ ਤਾਂ ਸੈੱਟ ਸੀ, ਇਹਨਾਂ ਨੂੰ ਚਾਹੀਦਾ ਸੀ ਜੇ ਮੰਨ ਲਓ ਇਹਨਾਂ ਕੋਲ ਜੇ 6 ਲੱਖ ਰੁਪਈਆ ਕਿਸੇ ਮੰਤਰੀ ਤੋਂ ਇਹਨਾਂ ਨੇ ਲਿਆ ਹੈ, ਉਹਦਾ 6 ਲੱਖ ਰੁਪਈਆ ਵਾਪਸ ਕਰੋ, ਇਸ ਕੇਸ ਦੀ ਇਨਕੁਆਇਰੀ ਹੋਵੇ,
ਡਿਟੇਲਾਂ ਕਢਾਈਆਂ ਜਾਣ, ਜਿਹੜਾ ਦੋਸ਼ੀ ਹੋਵੇ ਉਹਦੀ ਸਜ਼ਾ CBI ਤੋਂ ਜਾਂਚ ਕਰਾ ਲਓ, ਇਹਨੂੰ ਇੱਦਾਂ ਵੱਡਾ ਵਧਾ ਲਓ ਮੁੱਦਾ, ਲੈ ਜਾਓ। ਵਿਦੇਸ਼ਾਂ ਵਾਲੇ ਪ੍ਰਜੈਂਟਰਾਂ ਨੂੰ ਮੈਂ ਬੇਨਤੀ ਕਰਦਾ, ਜਿਹੜੇ ਲੋਕ ਉੱਥੇ ਟੋਕ ਸ਼ੋਅ ਕਰਨ ਵਾਲੇ ਆ, ਠੀਕ ਹੈ, ਉਹ ਸੰਗਤ ਨੂੰ ਇਕੱਤਰ ਕਰ ਲਓ, ਪੈਸਾ ਇਕੱਠਾ ਕਰੋ, ਇੱਕ ਫੰਡ ਬਣਾਓ ਅਤੇ ਡਟ ਕੇ ਜਿਹੜੇ ਮਰਜ਼ੀ ਵਕੀਲ ਕਰਕੇ ਇਹਦੀ ਇਨਕੁਆਇਰੀਆਂ ਕਰੋ। ਇਹ ਗੱਲ ਕੀ ਹੈ ਵਿੱਚੋਂ, ਉਹ ਹੈਲਪ ਕਰਨ ਵਾਸਤੇ ਕਿਸੇ ਤੋਂ 50,000 ਰੁਪਈਆ ਲੈ ਸਕਦੇ ਨੇ, 1,00,000 ਲੈ ਸਕਦੇ ਨੇ, ਅੱਤ ਦੇ ਉਹ ਗਰੀਬ ਨੇ। ਕਾਲ ਉਹਨਾਂ ਨੇ ਸਾਨੂੰ ਵੀ ਕੀਤੀ ਹੈ ਵੀ ਜੇ ਤੁਸੀਂ ਆ, ਅਸੀਂ ਵੀ ਮੀਡੀਆ 'ਚ ਚੱਲੇ ਹਾਂ। ਮੈਂ ਕਿਹਾ ਆਹ ਕੀ, ਕਹਿੰਦੇ ਆਇਆ ਫੋਨ ਪਰਸੋਂ, ਤਿੰਨ ਦਿਨ ਪਹਿਲਾਂ ਸਾਨੂੰ ਕਾਲ ਆਈ ਹੈ ਵੀ ਇੱਦਾਂ ਕਰਕੇ। ਮੈਂ ਕਿਹਾ ਜਿੱਥੇ ਇਹਨਾਂ ਨੇ ਜਾਣਾ ਜਾਣ ਦਿਓ, ਜੇ ਇਹਨਾਂ ਕੋਲ ਗੱਲ ਹੈ ਤਾਂ ਅਸੀਂ ਆਪਣਾ ਇਸ ਗੱਲ ਦਾ ਸਪਸ਼ਟੀਕਰਨ ਦੇਵਾਂਗੇ, ਡਟ ਕੇ ਮੈਂ ਗੱਲ ਕਰਨਾ। ਅੱਛਾ, ਇੱਕ ਬੀਬੀ ਨੇ ਹੋਰ ਉਹਦੇ 'ਚ ਬੋਲੀ ਹੈ ਗੱਲ, ਬੜੀ ਬੜੀ ਦੁੱਖ ਲੱਗਾ ਸੁਣ ਕੇ। ਉਹ ਕਹਿੰਦੀ ਮੇਰੀ ਬੱਚੀ ਵੀ ਜਾਂਦੀ ਹੁੰਦੀ ਸੀ, ਮੇਰੀ ਬੱਚੀ ਅੰਮ੍ਰਿਤ ਛਕਣ ਵਾਸਤੇ ਇਹਨਾਂ ਦੇ 5 ਪਿਆਰਿਆਂ ਕੋਲ ਗਈ, 5 ਪਿਆਰਿਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਜੀ ਤੁਸੀਂ ਅੰਮ੍ਰਿਤ ਛਕਾਓ। ਉਹਨਾਂ ਨੇ ਇਹ ਤਾਂ ਕੀ ਪੁੱਛਣਾ ਸੀ ਵੀ ਕਿਰਾਇਤ ਕੀ ਹੋਈ ਹੈ। ਕਹਿੰਦੇ 5 ਪਿਆਰਿਆਂ ਵਿੱਚੋਂ ਇੱਕ ਸਿੰਘ ਕਹਿੰਦਾ ਕਿੱਥੇ ਮਿਲੇਗੀ, ਇੱਕ ਵਾਰੀ ਨਹੀਂ ਕਹਿੰਦੇ 3 ਵਾਰੀ ਕਿਹਾ। ਇਹ ਹਰਮਨ ਰੇਡੀਓ ਉੱਤੇ ਨੇ, ਉਹ ਬੀਬੀ ਨੇ ਇੰਟਰਵਿਊ ਦਿੱਤੀ ਹੈ, ਉਹਦੇ ਵਿੱਚੋਂ ਕਹਿੰਦੀ ਹੈ 5 ਪਿਆਰਿਆਂ ਵਾਲਾ ਸਿੰਘ ਕਹਿੰਦਾ ਕਿੱਥੇ ਮਿਲੇਗੀ, ਇੱਕ ਵਾਰੀ ਨਹੀਂ 3 ਵਾਰੀ ਕਿਹਾ। ਕਹਿੰਦੇ ਮੇਰੀ ਲੜਕੀ ਪਰੇਸ਼ਾਨ ਹੋ ਗਈ। ਤੁਸੀਂ ਸੋਚੋ ਜੀ, ਹਰ ਜਗ੍ਹਾ 50 ਬੰਦੇ, 100 ਬੰਦੇ, 500 ਬੰਦਾ ਅੰਮ੍ਰਿਤ ਛਕਣ ਵਾਲਾ ਹੁੰਦਾ ਹੈ, ਇੰਨੇ ਬੰਦਿਆਂ ਦੇ ਵਿੱਚ 5 ਪਿਆਰਿਆਂ ਦਾ ਸਿੰਘ ਕਹੇਗਾ ਇਹ ਗੱਲ ਵੀ ਤੂੰ ਕਿੱਥੇ ਮਿਲੇਗੀ? ਪਾਗਲ ਤੋਂ ਪਾਗਲ ਬੰਦਾ ਵੀ 10 ਬੰਦਿਆਂ ਦੇ ਵਿੱਚ ਕਿਸੇ ਬੀਬੀ ਨੂੰ ਬੋਲ ਕੇ ਸ਼ਬਦ ਬੋਲੇਗਾ ਤਾਂ ਉਹਨੇ ਮਰਨਾ ਹੈ। ਸਪਸ਼ਟ ਇੱਥੋਂ ਪਤਾ ਲੱਗਦਾ ਕਿ ਬੀਬੀ ਗੱਲ ਬਣਾ ਰਹੀ ਹੈ, ਝੂਠ ਬੋਲ ਰਹੀ ਹੈ, SMS ਵਾਲੀਆਂ ਗੱਲਾਂ ਝੂਠ ਕਰਦੀ ਹੈ। ਇੱਥੇ ਪਹਿਲਾਂ SMS ਕੀਤਾ, ਪਰੇਸ਼ਾਨ ਹੋ ਗਈ, ਫਿਰ ਲੜਕੀ ਫਿਰ ਡੇਰੇ ਚਲੀ ਗਈ। ਕਿਉਂ ਗਈ ਉਹ ਦੁਬਾਰਾ ਕਿਉਂ ਆਈ? ਮੈਂ ਇੱਥੇ ਹਾਂ, ਇਹ ਸਬੂਤ ਲੈ ਕੇ ਆਓ। ਮੈਂ ਦੇਹਰਾਦੂਨ ਵਿੱਚ ਹਾਂ ਉਸ ਰਾਤ, ਸਾਡੇ ਮੈਂ 19 ਤੋਂ ਲੈ ਕੇ 25 ਤਰੀਕ ਤੱਕ ਆਪਣੇ ਸਥਾਨ 'ਤੇ ਨਹੀਂ ਹਾਂ, ਜਿੱਥੋਂ ਮਰਜ਼ੀ ਪਤਾ ਕਰ ਲਓ। ਇਹਨਾਂ ਨੇ ਆਪਣੇ ਕੋਲੋਂ ਇੱਕ ਪੂਰੀ ਪਲੈਨ ਕਰਕੇ ਅਤੇ ਇੱਕ ਹੁਣ ਨਵਾਂ ਵੀ ਦੁਨੀਆ ਭਰ ਵਿੱਚ ਇਹ ਗੱਲ ਫੈਲੇ ਵੀ ਉੱਥੇ ਇੱਕ ਲੜਕੀ ਮਰ ਗਈ, ਅਸੀਂ ਪਤਾ ਨਹੀਂ ਕਿਉਂ ਮਾਰੀ, ਇਹ ਕਿਉਂ ਡਰ ਗਏ, ਇੱਕ ਪੁਲਿਸ ਨੂੰ ਇਨਫੋਰਮ ਨਾਲ ਦੀ ਨਾਲ ਕਿਉਂ ਕਰਦੇ, ਅਸੀਂ ਐਂਬੂਲੈਂਸ ਨਾਲ ਦੀ ਨਾਲ। ਹਾਂ, ਇਹ ਗੱਲ ਜ਼ਰੂਰ, ਇੱਕ ਇਹ ਗਲਤੀ ਕਹਿ ਲਓ ਸਾਡੀ, ਇਹ ਗਲਤੀ ਹੈ। ਇੱਕ ਪਰਿਵਾਰ, ਉਹਨਾਂ ਨੇ ਸਾਨੂੰ ਫੋਨ ਕੀਤਾ, ਅਗਲੇ ਉਹਦਾ ਭਰਾ ਨਿਸ਼ਾਨ ਸਿੰਘ, ਉਹਨੇ ਕਿਹਾ ਵੀ ਇੱਦਾਂ ਕਰਕੇ ਸਾਨੂੰ ਮੁਸ਼ਕਲ ਹੈ ਬੜੀ, ਅਸੀਂ ਭੋਗ ਪਾਉਣ ਦੀ ਸਮਰੱਥਾ ਨਹੀਂ, ਸਾਡੇ ਘਰ 'ਤੇ ਭਾਂਡੇ ਤੱਕ ਵੀ ਨਹੀਂ, ਇੰਨਾ ਬੁਰਾ ਹਾਲ। ਅਤੇ ਸਾਡੇ ਇੱਕ ਸੇਵਾਦਾਰ ਨੇ, ਉਹਨੇ ਕਿਹਾ ਮੈਨੂੰ ਪੁੱਛਿਆ, ਮੈਂ ਕਿਹਾ ਕੋਈ ਨਹੀਂ, 20,000 ਰੁਪਇਆ ਇਹਨਾਂ ਦੀ ਹੈਲਪ ਕਰ ਦਿਓ। ਇਹ ਕਹਿੰਦੇ ਨੇ ਕਿ ਸਾਡਾ ਪਰਿਵਾਰ ਇੱਥੇ ਜੁੜਿਆ ਹੋਇਆ ਸੀ, ਇੱਥੇ ਆਉਂਦੇ ਸੀ। ਚੱਲ ਯਾਰ, ਆਪਣੇ ਦਰਬਾਰ ਸਾਹਿਬ ਦੇ ਗੇਟ ਦੇ ਸਾਹਮਣੇ ਅੱਗੇ ਵੀ 3 ਵਾਰੀ ਇੱਕ ਮਾਤਾ ਬਜ਼ੁਰਗ ਮਰੀ ਹੈ। ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਹੋ ਸਕਦਾ ਵੀ ਕੱਲ੍ਹ ਨੂੰ ਸਾਹਮਣੇ ਮੀਡੀਆ ਦੇ ਆ ਜਾਏ। ਇੱਕ ਬੰਦਾ ਵੀ ਹੈ ਇੱਥੋਂ ਦਾ, ਉਹਦੇ ਪਿੰਡ ਦਾ ਨਾਂ ਵੀ ਮੈਂ ਬੋਲ ਦਿਆਂਗਾ, ਸ਼ਾਇਦ ਮੈਨੂੰ ਸਿੰਘ ਨੇ ਦੱਸਿਆ ਸੀ, ਉਹ ਇੱਥੇ ਕਈ ਵਾਰੀ ਰੌਲਾ ਪਾ ਕੇ ਗਿਆ। ਮੇਰੇ ਬੱਚੇ ਨੇ ਲੰਗਰ 'ਚੋਂ ਸਬਜ਼ੀ ਖਾਧੀ ਸੀ ਜੀ, ਉਹ ਬਰਸਟ ਜਾ ਕੇ ਇੱਥੇ ਨਾਲ ਮੰਡੀ 'ਚ ਮਰ ਗਿਆ ਜੀ। ਬੜੀ ਵਾਰੀ ਉਹਨੂੰ ਬੇਨਤੀ ਸੀ ਕਰਦੇ ਵੀ ਭਰਾਵਾ ਇਹਦੇ 'ਚ ਸਾਡਾ ਕੀ ਕਸੂਰ ਆ, ਉਹਨੂੰ ਫੂਡ ਪੋਇਜ਼ਨ ਹੋਈ ਹੈ, ਉਹਨੂੰ ਕੀ ਹੋਇਆ, ਤੁਸੀਂ ਇਹਨੂੰ ਸਾਡੇ ਨਾਲ ਕਿਸ ਤਰੀਕੇ ਸਿਰ ਜੋੜ ਰਹੇ ਹੋ? ਇੱਦਾਂ ਦੀਆਂ ਗੱਲਾਂ ਤੁਸੀਂ, ਮੈਂ ਹੁਣ ਇਹ ਸਪਸ਼ਟ ਕਰ ਦਿੱਤਾ ਪਹਿਲੀਆਂ ਗੱਲਾਂ 'ਚ ਵੀ, ਦੂਜੀ ਗੱਲ 'ਚ ਵੀ, ਆਹ ਤੀਜਾ ਜਿਹੜਾ ਚੈਪਟਰ ਇਹਨਾਂ ਨੇ ਛੇੜਿਆ, ਫੋਟੋ ਤੁਸੀਂ ਗਲਤ ਲਾ ਰਹੇ ਹੋ, ਖਬਰ ਪੂਰੀ ਦੀ ਪੂਰੀ ਗਲਤ ਬਣਾ ਰਹੇ ਹੋ, ਤੁਸੀਂ ਅਖਬਾਰਾਂ ਵਿੱਚ ਅਲੱਗ ਲਾਈ ਹੈ, ਫਿਰ ਉਹ ਬੀਬੀ ਟੋਕ ਸ਼ੋਆਂ ਉੱਤੇ ਜਾ ਕੇ ਬੋਲ ਰਹੀ ਹੈ ਇੱਦਾਂ ਹੋਇਆ ਜੀ, ਸਾਡੇ ਨਾਲ ਇੱਦਾਂ ਹੋਇਆ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਭਾਈ ਜੋਗਾ ਸਿੰਘ ਹੋਣਾ ਦੀ ਸਲਾਹ, ਮੈਂ ਉਹਨਾਂ ਦੇ ਬਚਨ ਦੀ ਪ੍ਰੋੜਤਾ ਕਰਦਾ, ਡਟ ਕੇ ਇੰਡੀਆ 'ਚ ਪੈਨਲ ਬਣਾ ਲੈਣ, ਸਾਰਿਆਂ ਦੇ ਲਿੰਕ ਨੇ ਜੀ, ਪੂਰੇ ਸਰਕਾਰਾਂ ਨਾਲ ਵੀ ਲਿੰਕ ਨੇ, ਇਹ ਪੂਰੇ ਵਧੀਆ ਸਿਸਟਮ ਨਾਲ ਇੱਕ ਬਣਾਉਣ, 10 ਮੈਂਬਰੀ ਕਮੇਟੀ, ਆਪ ਨਹੀਂ ਆ ਸਕਦੇ ਨਾ ਆਓ, ਇੱਥੇ ਬਣਾਓ। ਇੱਕ ਤੁਸੀਂ ਗੱਲ ਵੀਰ ਜੀ ਸੁਣ ਲਓ, ਅਸੀਂ ਸਾਨੂੰ ਸਵਾਲ ਇੱਕ ਨੇ ਪੁੱਛਿਆ, ਅਸੀਂ ਜਵਾਬ ਲੱਖਾਂ ਨੂੰ ਦਿੱਤਾ, ਲੱਖਾਂ ਨੂੰ ਨਹੀਂ ਕਰੋੜਾਂ ਨੂੰ, 2 ਲਾਈਵ ਟੈਲੀਕਾਸਟ ਹੋਏ ਨੇ ਉਸ ਦਿਨ, ਮੈਂ TRP ਬਹੁਤ ਉਹਦਾ ਜਿਹੜਾ ਨਤੀਜਾ ਕਮਾਲ ਦਾ ਆਇਆ, MH1 ਵੀ ਔਰ Time TV, ਇਹਨਾਂ ਲੋਕਾਂ ਨੇ ਵੇਖਿਆ ਔਰ ਸਾਡੇ ਸਾਹਮਣੇ 70-80 ਹਜ਼ਾਰ ਬੰਦਾ ਬੈਠਾ ਸੀ, ਜ਼ਰੂਰਤ ਨਾਲ ਡਟ ਕੇ ਗੱਲ ਕੀਤੀ ਹੈ। ਸਿਆਣਾ ਬੰਦਾ ਤਾਂ ਜੇ ਅਸੀਂ ਕੋਈ ਮੈਂ ਸਾਡੇ ਸਥਾਨ 'ਤੇ ਬੈਠੇ ਹਾਂ, ਉਹ ਤਾਂ ਅਸੀਂ ਚਲੋ ਬਾਹਰ ਹਾਂ, ਬਾਹਰ ਤਾਂ ਝੂਠ ਵੀ ਬੋਲ ਸਕਦੇ ਹਾਂ, ਇੱਥੇ ਇੰਨੇ ਲੋਕਾਂ ਦੇ ਵਿੱਚ ਬਹਿ ਕੇ ਜ਼ਰੂਰਤ ਨਾਲ ਇੱਕ ਬੰਦਾ ਵੀ ਖੜਾ ਹੋ ਕੇ ਕਹਿ ਸਕਦਾ ਝੂਠ ਬੋਲ ਰਹੇ ਹੋ, ਇੱਥੇ ਆਹ ਹੋਇਆ, ਇੱਥੇ ਇੱਦਾਂ ਹੁੰਦਾ। ਉਸ ਕੇਸ ਵਿੱਚ, ਲੜਕੀ ਦੇ ਮਰਨ ਵਿੱਚ ਸਾਡਾ ਕੋਈ ਹੱਥ ਹੋਵੇ, ਸਾਡਾ 1%, ਉਹ ਬੀਬੀ ਆਪ ਇਹਨਾਂ ਨੇ ਸਾਨੂੰ ਝਿੜਕਿਆ, ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਇਹ ਬਣਾ ਰਹੀ ਹੈ, ਉਹਨੂੰ ਕਹੋ SMS ਲੈ ਆਵੇ ਕਿਸੇ ਤਰ੍ਹਾਂ ਦੀ, ਤੁਸੀਂ ਜੇ ਉਹ SMS, ਬੀਬੀ ਦੀ ਤਾਂ ਗੱਲ ਹੀ ਛੱਡ ਦਿਓ, ਇਹ ਕੇਸ ਦੀ ਪੂਰੀ ਤਹਿ ਤੱਕ ਜਾਓ, ਇਨਕੁਆਇਰੀ ਕੀਤੀ ਜਾਏ ਡਟ ਕੇ, ਭਾਵੇਂ ਵੱਡੇ ਤੋਂ ਵੱਡੀ ਪਹੁੰਚ ਕਰਕੇ ਇਹਦੀ CBI ਤੱਕ ਦੀ ਵੀ ਜਾਂਚ ਕਰਾਈ ਜਾਵੇ। ਉਹਨਾਂ ਨੂੰ ਕਹੋ ਵੀ ਜੇ ਤੁਹਾਡਾ ਦਿਲ ਦੁਖੀ ਹੁੰਦਾ ਹੈ, ਤੁਸੀਂ ਤੜਫੇ ਹੋ, ਤੁਸੀਂ 6 ਲੱਖ ਕਹਿ ਦਿਓ ਅਸੀਂ ਫੈਸਲਾ ਕੀਤਾ ਜੀ, ਕਾਹਦੇ ਫੈਸਲੇ ਹੋਏ, ਸਾਡੇ ਵੱਲੋਂ ਤੁਹਾਨੂੰ 1 ਰੁਪਈਆ ਦਿੱਤਾ ਗਿਆ ਤਾਂ ਦੱਸੋ, 20,000 ਰੁਪਈਆ ਜ਼ਰੂਰ ਦਿੱਤਾ, ਹੈਲਪ ਕੀਤੀ ਹੈ। ਉਹ ਕਹਿੰਦੇ ਅਸੀਂ ਮਾਂ ਦੀ ਝੋਲੀ 'ਚ ਪੈਸੇ ਸਿੱਟ ਕੇ ਆਪ ਆ ਗਈ ਹਾਂ, 20,000, 6 ਲੱਖ
ਫਿਰ ਅਸੀਂ ਚੁੱਪ ਕਰ ਗਏ, ਅਸੀਂ ਹੁਣ ਦੁਆਰਾ ਸਾ ਅਸਲ ਵਿੱਚ ਇਹ ਹੋਇਆ ਇਹ ਹੈ ਜੀ ਵੀ ਇੱਥੋਂ ਦੇ ਵੀ ਦੋ ਤਿੰਨ, ਮਾਫ਼ ਕਰਿਓ, ਦੋ ਤਿੰਨ ਸਾਧੂ ਹੀ ਨੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿ ਦਿੰਦੇ ਹਾਂ, ਮਹਾਂਪੁਰਖ ਨੇ ਜਾਂ ਬਾਬੇ ਨੇ, ਉਹ ਪਲੈਨ ਕਰ ਰਹੇ ਨੇ ਨਾਲ, ਦੋ ਚਾਰ ਬੰਦੇ ਇੱਥੋਂ ਦੇ ਰਲੇ ਨੇ, ਕੁਛ ਲੋਕ ਬਾਹਰ ਨੇ, ਇਹ ਪੂਰਾ ਇੱਕ ਗਰੁੱਪ ਹੈ। ਉਹ ਪਹਿਲਾਂ ਬਾਹਰਲੀਆਂ ਗੱਲਾਂ ਇੰਡੀਆ ਆਈਆਂ, ਇਹਨਾਂ ਨੂੰ ਦਿਸ ਗਿਆ ਵੀ ਇਹ ਤਾਂ ਕੰਮ ਉਲਟ ਹੋ ਰਿਹਾ, ਹੁਣ ਇਹਨਾਂ ਨੇ ਦੂਜੀ ਗੱਲ ਖੜੀ ਕੀਤੀ, ਫਿਰ ਉਹਨਾਂ ਕਾ ਤੀਜਾ ਮੁੱਦਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ। ਤਿੰਨ ਕੀ ਨੇ ਜੀ, ਭਾਵੇਂ ਦਸ ਲੈ ਆਉਣ। ਹੁਣ ਮੈਂ ਕਹਿੰਦਾ ਬੀਬੀ ਤਾਂ ਚਲੋ ਰਹੀ ਨਹੀਂ, ਕਹਿਣ ਦੀ ਤਾਂ ਗੱਲ ਇਹ ਹੈ ਕਿ ਅੱਜ ਬੀਬੀ ਸਟੇਜ 'ਤੇ ਆ ਕੇ, ਕੋਈ ਵੀ ਆ ਕੇ ਸਾਹਮਣੇ ਮੀਡੀਆ 'ਤੇ ਕਹਿੰਦੀ ਹੈ ਮੈਨੂੰ ਜੀ ਉਹ ਰੋਜ਼ ਫੋਨ ਕਰਦੇ ਨੇ ਰਾਤ ਨੂੰ 12 ਵਜੇ, ਇਹ ਕਹਿ ਕੇ ਉਹ ਤਾਂ ਚਲੀ ਗਈ। ਇੱਕੋ ਸ਼ਬਦ ਉਹਨਾਂ ਨੇ ਡਿਸਕਸ਼ਨ 'ਚ ਕਿਹਾ ਬੜਾ ਸੋਹਣਾ ਸੰਗਤ ਟੀਵੀ 'ਤੇ, ਉਹ ਕਹਿੰਦੇ ਕੋਰਟ ਵਿੱਚ ਕੋਈ ਬੰਦਾ ਕਹਿੰਦਾ ਜੀ ਕਤਲ ਹੋਇਆ, ਅਤੇ ਇਹ ਨਹੀਂ ਕਿਹਾ ਜਾਂਦਾ, ਜੱਜ ਕਹਿੰਦਾ ਵੀ ਫਾਂਸੀ ਚਾੜ ਦਿਓ ਇੱਕ ਮਿੰਟ 'ਚ, ਉਹਦਾ ਟਾਈਮ ਹੁੰਦਾ, ਤਰੀਕਾਂ ਪੈਂਦੀਆਂ ਨੇ, ਗਵਾਹ ਭੁਗਤਦੇ ਨੇ, ਫਾਂਸੀ ਚੜ੍ਹਦਿਆਂ ਚੜ੍ਹਦਿਆਂ 20 ਸਾਲ ਵੀ ਲੱਗ ਸਕਦੇ, 15 ਸਾਲ ਵੀ, 10 ਸਾਲ ਵੀ ਲੱਗ ਸਕਦੇ ਆ। ਇੱਥੇ ਇੱਕ ਬੰਦਾ ਬੋਲਦਾ, ਬੰਦਾ ਬੋਲਦਾ ਉਹ ਜੀ ਬਾਬਿਆਂ ਨੇ ਮੇਰੇ ਕੇਸ ਕੱਟ ਦਿੱਤੇ ਨੇ ਜੀ, ਇਹ ਇੱਦਾਂ ਨੇ ਜੀ, ਇੱਦਾਂ ਨੇ ਜੀ, ਅਤੇ ਉਹ ਜਿਹੜੇ ਬੰਦੇ ਪ੍ਰਜੈਂਟਰ ਨੇ ਉਹਨਾਂ ਨੇ ਮੈਨੂੰ ਫਾਂਸੀ ਚਾੜ ਦਿੱਤਾ, ਇੱਕ 15 ਮਿੰਟ ਦੇ ਵਿੱਚ ਵਿੱਚ ਮੈਨੂੰ ਉਹਨਾਂ ਨੇ ਟੰਗ ਦਿੱਤਾ, ਫਾਹੇ ਕੀਤੀ ਕਰਾਈ ਸਾਰੀ, ਉਹਨਾਂ ਨੇ ਪਾਣੀ ਫੇਰ ਦਿੱਤਾ ਵੀ ਇਹ ਇੱਦਾਂ ਨੇ ਜੀ, ਇੱਦਾਂ ਨੇ ਜੀ, ਫਾਂਸੀ ਚਾੜ ਦਿੱਤਾ ਨਾ ਜੀ। ਮੈਨੂੰ ਇਹ ਦੱਸਣ ਪ੍ਰਜੈਂਟਰ ਨੇ ਜਿਹੜੇ, ਕੁਲਦੀਪ ਸਿੰਘ ਹੀ ਦੱਸਦੇ ਵੀ ਜਿਹੜੀਆਂ ਸੰਗਤ, ਹੁਣ ਇਹ ਬਾਅਦ ਵਿੱਚ ਸਪਸ਼ਟੀਕਰਨ ਮੇਰਾ ਵੀ ਆ ਜਾਂਦਾ, ਮੈਂ ਵੀ ਬੋਲ ਪੈਂਦਾ, ਇਹ ਮੈਨੂੰ ਇਹ ਦੱਸ ਦੇਣ ਸਪਸ਼ਟੀ ਦੱਸ ਦੇਣ ਵੀ ਜਿਹੜੀਆਂ ਲੋਕ ਸੰਗਤ ਦੀਆਂ ਅੱਖਾਂ 'ਚੋਂ ਪਾਣੀ ਡੁੱਲਿਆ, ਜਿਹੜਾ ਉਹਨਾਂ ਦਾ ਪਿਆਰ ਦੇ ਹੰਝੂ ਨੇ ਉਹ ਵਾਪਸ ਕਰ ਦੇਣਗੇ, ਜਿਹੜੇ ਪਿਆਰ ਵਾਲਿਆਂ ਦੇ ਦਿਲ ਟੁੱਟੇ ਨੇ ਉਹ ਵਾਪਸ ਕਰ ਦੇਣਗੇ, ਜਿਹੜੇ ਨੌਜਵਾਨ ਬੱਚੇ ਪਤਿਤ ਸਨ ਪਰ ਜੁੜਨਾ ਚਾਹ ਰਹੇ ਨੇ ਉਹਨਾਂ ਦੇ ਸਾਹਮਣੇ ਤੁਸੀਂ ਛਵੀ ਕਿੱਦਾਂ ਦੀ ਬਣਾ ਕੇ ਰੱਖ ਦਿੱਤੀ ਵੀ ਇਹ ਬਾਬੇ ਇੱਦਾਂ ਜੀ, ਇੱਦਾਂ ਜੀ, ਇੱਦਾਂ ਜੀ, ਉਹ ਮੈਂ ਕਲੀਅਰ ਪਹਿਲਾਂ ਕੀਤਾ, ਫਿਰ ਦੂਜਾ ਕਲੀਅਰ ਕੀਤਾ, ਫਿਰ ਮੈਂ ਤੀਜਾ ਹੁਣ ਕਲੀਅਰ ਕਰ ਰਿਹਾ। ਇਹੋ ਜਿਹੀ ਗੱਲ ਉੱਠਣੀ ਹੀ ਨਹੀਂ ਚਾਹੀਦੀ ਕੋਈ ਵੀ ਕਿਸੇ ਦੇ ਉੱਤੇ। ਹਾਂ, ਮੇਰੇ 'ਚ ਕਸੂਰ ਹੋਏਗਾ ਤਾਂ ਡਟ ਕੇ ਗੱਲ ਜਿੱਥੇ ਮਰਜ਼ੀ ਕਹੀ, ਸਾਰੇ ਮੀਡੀਏ ਦਾ ਫਰਜ਼ ਬਣਦਾ ਸੱਚਾਈ ਸਾਹਮਣੇ ਲਿਆਓ। ਮੀਡੀਆ ਦੋਵੇਂ ਪੱਖ ਸੁਣਾਵੇ, ਨਾ ਕਿ ਮੀਡੀਆ ਆਪਣਾ ਫੈਸਲਾ ਸੁਣਾਵੇ, ਉਹ ਉਹਨਾਂ ਦੇ ਆਪਣੇ ਵਿਊ ਨੇ, ਕਿਉਂਕਿ ਉਹ ਪਿੱਛੇ ਬੰਦੇ ਸਾਰੇ ਅਸੀਂ ਪਤਾ ਕਰਵਾਇਆ, ਇੱਕ ਸਿਸਟਮ ਬਣਿਆ ਹੋਇਆ ਪੂਰੇ ਦਾ ਪੂਰਾ, ਪੂਰੇ ਦਾ ਪੂਰਾ ਇੱਕ ਸਿਸਟਮ ਬਣਿਆ ਹੋਇਆ। ਮੈਂ ਖਾਸ ਕਰਕੇ ਇਹ ਤੁਹਾਡਾ ਜਿਹੜਾ ਪ੍ਰੋਗਰਾਮ ਸਰੀ ਤੱਕ ਵੀ ਜਾਣਾ ਹੈ ਕੈਨੇਡਾ 'ਚ, ਮੈਂ ਸਰੀ ਦੇ ਗੁਰਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਭਰਾਵੋ ਤੁਸੀਂ ਮੈਨੂੰ ਵੇਖਿਆ ਚੰਗੀ ਤਰ੍ਹਾਂ ਜਾਣਿਆ ਵੀ ਇਹ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਨਾ, ਇਹ ਤੁਹਾਡੇ ਸ਼ਹਿਰਾਂ ਦੇ ਵਿੱਚ ਇਹ ਗੱਲਾਂ ਰੋਜ਼ ਟਾਕ ਸ਼ੋਅ ਹੁੰਦੇ ਨੇ, ਤੁਸੀਂ ਪਿਆਰ ਨਾਲ ਜਾ ਕੇ ਉਹਨਾਂ ਪ੍ਰਜੈਂਟਰਾਂ ਨਾਲ ਬੇਨਤੀ ਕਰੋ ਵੀ ਤੁਸੀਂ ਰੋਜ਼ ਇੱਦਾਂ ਦੇ ਮੁੱਦੇ ਲੈ ਕੇ ਆਉਂਦੇ ਹੋ, ਇੱਕ ਪੱਖ ਪੇਸ਼ ਕਰੀ ਜਾਂਦੇ ਹੋ, ਇੱਕ ਪੱਖ ਸਾਹਮਣੇ ਲੈ ਆ ਰਹੇ ਹੋ, ਜਿੱਦਾਂ ਦਾ ਅਸੀਂ ਸੁਣੀ ਜਾਂਦੇ ਹਾਂ ਉਹਦਾ ਅਸਰ ਕਬੂਲੀ ਜਾਂਦੇ ਹਾਂ, ਸੁਣੀ ਜਾਂਦੇ ਹਾਂ ਅਸਰ ਕਬੂਲੀ ਜਾਂਦੇ ਹਾਂ, ਇੱਕ ਦਿਨ ਤੁਸੀਂ ਰੌਲਾ ਪਾ ਲੈ, ਦੂਜੇ ਦਿਨ ਹਾਂਜੀ ਇਹ ਠੀਕ ਸੀ, ਫਿਰ ਤੁਸੀਂ ਦੂਜਾ ਮੁੱਦਾ ਲੈ ਕੇ ਆਉਂਦੇ ਹੋ, ਗੱਲ ਦੀ ਤਹਿ ਤੱਕ ਜਾ ਕੇ ਸਮੇਤ ਸਬੂਤਾਂ ਦੇ ਇੱਦਾਂ ਪੇਸ਼ ਕਰਦੇ ਹੋ ਵੀ ਆਹ ਗੱਲ ਆ ਜੀ, ਆਹ ਇੱਦਾਂ ਸਿਸਟਮ ਹੋਇਆ, ਸਾਨੂੰ ਵੀ ਪਤਾ ਲੱਗੇ ਵੀ ਹਾਂ ਮੀਡੀਆ ਦਾ ਰੋਲ ਹੈ ਕੁਛ। ਇੱਕ ਜਿਹੜਾ ਇੱਕ ਸ਼ਬਦ ਵਰਤੇ ਨਾ ਮੀਡੀਆ ਦਾ, ਸਾਰੇ ਕੈਨੇਡਾ ਦੇ ਮੀਡੀਆ ਦੀ ਗੱਲ ਨਹੀਂ ਕਰਦਾ, ਹੈ ਇੱਕਾ ਦੁੱਕਾ ਹੀ ਨੇ ਮੀਡੀਆ ਜੀ ਕੈਨੇਡਾ ਦਾ, ਮੀਡੀਆ ਬੜਾ ਗੰਦਾ ਹੋ ਗਿਆ, ਇਹ ਸਾਰਿਆਂ ਦੀ ਇੱਕ ਛਵੀ ਬਣ ਗਈ ਹੈ। ਕਿਉਂ ਬਣ ਰਹੀ ਹੈ ਇੱਦਾਂ ਦੀ ਛਵੀ? ਇੰਨੇ ਮਹਾਨ ਗੁਰਸਿੱਖ ਕੈਨੇਡਾ ਦੇ ਵਿੱਚ ਰਹਿੰਦੇ ਆ, ਚੜ੍ਹਦੀ ਕਲਾ ਵਾਲੇ ਸਿੰਘ ਰਹਿੰਦੇ ਆ, ਬੜੇ ਬੜੇ ਬਾਬਾ ਠਾਕੁਰ ਸਿੰਘ ਵਰਗੇ ਮਹਾਂਪੁਰਖ ਉੱਥੇ ਗਏ ਆ। ਠੀਕ ਹੈ, ਆਪਾਂ ਕੋਈ ਨਾ ਕੋਈ ਬਦਨਾਮ ਬੰਦਾ ਹੁੰਦਾ ਹੈ, ਕੋਈ ਜਵਾਬ ਨਹੀਂ ਦਿੰਦਾ, ਪਰ ਮੈਂ ਤਾਂ ਹਰ ਗੱਲ ਕਹਿ ਰਿਹਾ ਵੀ ਸਪਸ਼ਟ ਕਰ ਰਿਹਾ। ਚਲੋ ਇਹ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਉੱਠੀਆਂ ਸੀ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਲੀਅਰ ਕਰ ਦਿੱਤੀਆਂ ਨੇ। ਮੈਂ ਧੰਨਵਾਦੀ ਵੀ ਹਾਂ ਪ੍ਰਦੇਸ਼ ਟੀਵੀ ਦਾ ਵੀ, ਔਰ ਸੰਗਤ ਟੀਵੀ ਦੀ ਵੀ, ਸਾਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਪੱਖ ਜਾਣਿਆ। ਗੱਲ ਪਹਿਲੀ ਹੈ, ਦੂਜੀ ਹੈ, ਤੀਜੀ ਹੈ, ਇਹਨਾਂ ਗੱਲਾਂ ਦੀਆਂ ਤਹਿ ਤੱਕ ਜਾਓ, ਪੈਨਲ ਬਣਾਓ, ਥੋੜ੍ਹਾ ਜਿਹਾ ਉੱਦਮ ਕਰਨਾ ਹੈ। ਤੁਸੀਂ ਆਪ ਨਾ ਆਓ, ਸਿਰਫ 5-7 ਬੰਦੇ, 10 ਬੰਦੇ ਇੱਕ ਖੜ੍ਹੇ ਕਰੋ, ਔਰ ਇੱਕ ਚੰਗੀ ਤਰ੍ਹਾਂ ਇਸ ਗੱਲ ਦੀ ਘੋਕ ਪੜਤਾਲ ਕਰਕੇ ਸਾਹਮਣੇ ਲਿਆ। ਬਾਅਦ ਵਿੱਚ ਜਦੋਂ ਤੁਸੀਂ ਮਹੀਨੇ, ਅਸਲ 'ਚ ਉਹ ਜਿਹੜਾ ਸ਼ੁਰੂ ਕੀਤਾ ਸੀ ਨਾ ਮੁੱਦਾ, ਉਹ ਵੀ ਇਹ ਸੀ ਵੀ ਜਦੋਂ 10 ਸਵਾਲ ਖੜ੍ਹੇ ਕਰਾਂਗੇ ਤਾਂ ਕਿਤੇ ਨਾ ਕਿਤੇ ਇਹਨਾਂ 'ਚ ਕਾਣੇ ਤਾਂ ਹੁੰਦਾ ਹੀ ਹੈ ਕੋਈ ਨਾ ਕੋਈ, ਵੀ ਇੱਕ 'ਚ ਕਾਣੇ ਹੋਣੇ ਨੇ ਅਤੇ ਇਹਨਾਂ ਨੇ ਸਾਹਮਣੇ ਨਹੀਂ ਆਉਣਾ, ਇਹਨਾਂ ਨੇ ਬੋਲਣਾ ਹੀ ਨਹੀਂ, ਭੱਜ ਜਾਣਗੇ ਮੁੜ ਕੇ। ਜਦੋਂ ਤੱਕ ਹਾਈ ਕੋਰਟਾਂ ਦੇ ਫੈਸਲੇ ਦੀ ਉਹਨਾਂ ਨੂੰ ਕੋਈ ਉਡੀਕ ਨਹੀਂ ਹੈ, ਉਹਨਾਂ ਦਾ ਆਪਣਾ ਫੈਸਲਾ ਸੁਣਾਉਣਾ ਵੀ ਅਸੀਂ ਫੈਸਲਾ ਸੁਣਾ ਦੇਵਾਂਗੇ, ਹਾਈ ਕੋਰਟ ਕੀ ਕਹਿੰਦਾ ਤਾਂ ਗੱਲ ਹੀ ਨਹੀਂ ਕੋਈ, ਇਹ ਤਾਂ ਇਸ਼ੂ ਹੀ ਨਹੀਂ ਬਣਦਾ, ਹਾਈ ਕੋਰਟ ਨੇ ਕੀ ਆਖਿਆ ਉਹ ਤਾਂ ਗੱਲਾਂ ਹੀ ਬਾਅਦ ਦੀਆਂ ਨੇ। ਵੀ ਜਦੋਂ ਤੱਕ ਉਹਦਾ ਫੈਸਲਾ, ਉਹ ਤਾਂ ਭਾਵੇਂ ਛੱਡ ਵੀ ਦੇਣ, ਬੜੇ ਕੇਸ ਨੇ ਮਹਾਂਪੁਰਸ਼ਾਂ 'ਤੇ ਕੇਸ ਪਏ, ਉਹ ਬੰਦੇ ਬਾਅਦ 'ਚ ਕੇਸਾਂ 'ਚੋਂ ਤਾਂ ਬਰੀ ਹੋ ਗਏ, ਪਰ ਸੰਗਤ ਨੇ ਉਹਨਾਂ ਨੂੰ ਬਰੀ ਨਹੀਂ ਕੀਤਾ। ਉੱਥੋਂ ਤਾਂ ਕਹਿਣਗੇ ਬਾ ਇੱਜ਼ਤ ਬਰੀ, ਉੱਥੇ ਤਾਂ ਉਹ ਬਾ ਇੱਜ਼ਤ ਬਰੀ ਨੇ, ਪਰ ਉਹਨਾਂ ਦੀ ਇੱਜ਼ਤ ਰੋਲ ਦਿੱਤੀ ਹੈ ਜੀ ਇਹਨਾਂ ਨੇ। ਮਾੜੇ ਬੰਦੇ ਵੀ ਆਏ ਆ, ਮੈਂ ਇਸ ਗੱਲ ਨਾਲ ਸਪਸ਼ਟ ਕਰਦਾ ਹਾਂ ਕਿ ਮਾੜੇ ਬੰਦੇ ਵੀ ਹੈਗੇ ਆ ਸਾਡੇ 'ਚ,
ਮਾੜੇ ਬੰਦਿਆਂ ਨੇ ਗਲਤ ਕੰਮ ਕੀਤੇ ਆ, ਅੱਜ ਉਹ ਸਜ਼ਾ ਭੋਗ ਰਹੇ ਆ ਬੈਠੇ ਆ। ਪਰ ਕਈ ਇਹਨਾਂ ਨੇ ਇੱਦਾਂ ਦੇ ਬੰਦੇ ਵੀ ਘਰ ਬਾਹ ਦਿੱਤੇ ਆ ਜੀ, ਸਿਰਫ ਉਹਨਾਂ ਦੀ ਇੱਜ਼ਤ ਮੁੜ ਕੇ ਨਹੀਂ ਆਈ, ਕੋਰਟਾਂ ਨੇ ਉਹਨਾਂ ਨੂੰ ਬਰੀ ਕਰ ਦਿੱਤਾ, ਪਰ ਸੰਗਤ ਵਿੱਚ ਉਹ ਬਰੀ ਨਹੀਂ ਹੋ ਸਕੇ। ਇਸ ਕਰਕੇ ਮੈਂ ਹਰ ਗੱਲ ਹਰ ਬੇਨਤੀ ਕਰਦਾ ਹਰ ਜਥੇਬੰਦੀ ਨੂੰ ਵੀ ਹਰ ਗੱਲ ਦੀ ਤਹਿ ਤੱਕ ਜਾਓ, ਕਿਸੇ ਬਾਬੇ ਸਾਧ ਦਾ ਸਾਥ ਨਾ ਦਿਓ, ਮੇਰਾ ਸਾਥ ਕਦੇ ਨਾ ਦਿਓ ਜਿੱਥੇ ਮੈਂ ਗਲਤ ਹੋਵਾਂਗਾ। ਬਾਕੀ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਆ। ਬੜੀ ਮੈਨੂੰ ਖੁਸ਼ੀ, ਮੋਰਿੰਡੇ ਦੀਵਾਨ ਅਸੀਂ ਪਿਛਲੇ ਸਾਲ ਲਾਏ, ਜਿੰਨੀ ਸੰਗਤ ਪਹਿਲੇ ਦਿਨ ਸੀ ਲਾਸਟ ਦਿਨ ਸੀ ਪਿਛਲੇ ਸਾਲ, ਉਨੀ ਸੰਗਤ ਪਰਸੋਂ ਪਹਿਲੇ ਦੀਵਾਨ 'ਚ ਆਈ। ਕੱਲ੍ਹ ਬਹੁਤ ਵੱਡੀ ਗਿਣਤੀ ਨਾਲ ਸੰਗਤ ਜੁੜੀ, ਅੱਜ ਅੰਮ੍ਰਿਤ ਸੰਚਾਰ ਹੋ ਰਿਹਾ, ਇੰਨਾ ਇਕੱਠ, ਬੱਚਾ ਬੱਚਾ ਖੁੰਡਾਂ ਤੋਂ ਲੈ ਕੇ ਆਫਿਸਾਂ ਤੱਕ ਸਾਡੀ ਗੱਲ ਸੁਣੀ ਹੈ ਲੋਕਾਂ ਨੇ, ਅਤੇ ਸੰਗਤ ਦੀ ਕਚਹਿਰੀ ਵਿੱਚ ਮੈਨੂੰ ਇਹ ਲੱਗਦਾ ਕਿ ਮੈਨੂੰ ਇਨਸਾਫ ਜ਼ਰੂਰ ਮਿਲੇਗਾ। ਮੈਂ ਇਹਨਾਂ ਲੋਕਾਂ ਤੋਂ ਆਸ ਨਹੀਂ ਰੱਖਦਾ, ਇਹ ਤੋਂ ਸਿਆਣੇ ਇੱਕ ਹਾਸੇ ਵਾਲੀ ਗੱਲ ਹੈ ਕਿ ਲੋਕ ਕਹਿੰਦੇ ਮੈਂ ਨਹੀਂ ਤੇਰੇ ਨਾਲ ਵੱਸਦੀ, ਅਖੇ ਕਿਉਂ, ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ। ਮੈਂ ਉਹ ਤਾਂ ਬਸ ਇਹਨਾਂ ਨੇ ਤਾਂ ਦਾੜੀ ਹਿੱਲਣ ਵਾਲੀ ਗੱਲ, ਇਹਨਾਂ ਨੇ ਤਾਂ ਕੱਢ ਲੈਣੀ ਕੋਈ ਨਾ ਕੋਈ, ਪਰ ਅਸਲ 'ਚ ਹੈ ਸਾਡਾ ਭਾਈਚਾਰਾ ਹੀ ਹੈ। ਇਹ ਤੁਸੀਂ ਇਹਦੀ ਤਹਿ ਤੱਕ ਜਾਓਗੇ ਅਤੇ ਪਿੱਛੇ ਏਜੰਸੀਆਂ ਦੀਆਂ ਗੱਲਾਂ 'ਤੇ, ਚਲੋ ਉਹ ਤਾਂ ਆਪਾਂ ਵੇਖੀਆਂ ਨਹੀਂ ਨਾ, ਏਜੰਸੀਆਂ 'ਤੇ ਪਿੱਛੇ ਨੇ, ਸਾਹਮਣੇ ਕੌਣ ਨੇ? ਜਿਹੜੇ ਬੰਦੇ ਬੋਲ ਰਹੇ ਨੇ ਉਹ ਤਾਂ ਦਾੜੀਆਂ ਵਾਲੇ ਨੇ, ਉਹ ਤਾਂ ਪੱਗਾਂ ਵਾਲੇ ਨੇ, ਉਹ ਤਾਂ ਸਾਹਮਣੇ ਨੇ ਨਾ, ਏਜੰਸੀਆਂ 'ਤੇ ਪਿੱਛੇ ਨੇ ਨਾ। ਅਸੀਂ ਸੁਣੇ ਏਜੰਸੀਆਂ ਕੰਮ ਕਰਦੀਆਂ ਅਤੇ ਕਹਿ ਕੇ ਖਹਿੜਾ ਛੁਡਾ ਲੈਂਦੇ ਹਾਂ। ਅਸਲ ਵਿੱਚ ਉਹ ਇੱਕ ਮਹਾਂਪੁਰਖ ਸੁਣਾਉਂਦੇ ਹੁੰਦੇ ਸੀ, ਕੁੱਤਾ ਕਹਿੰਦਾ ਮੈਂ ਗੰਗਾ ਨਹਾਉਣ ਚੱਲਿਆ, ਤਾਂ ਉਹ ਕਹਿੰਦੇ ਤੂੰ ਗੰਗਾ ਨਹਾਉਣ ਚੱਲ ਜਾਏਗਾ? ਕਹਿੰਦਾ ਚੱਲ ਜਾਂਗਾ। ਕਹਿੰਦੇ ਤੈਨੂੰ ਜਾਣ ਨਹੀਂ ਦੇਣਾ? ਕਹਿੰਦਾ ਲੈ ਮੈਨੂੰ ਕਿਸੇ ਨੇ ਕੀ ਕਹਿਣਾ? ਉਹ ਕਹਿੰਦਾ ਤੂੰ ਚੱਲ ਤੇ ਜਾਏਗਾ, ਤੈਨੂੰ ਬੰਦੇ ਨੇ ਕਿਸੇ ਨੇ ਕੁਛ ਨਹੀਂ ਕਹਿਣਾ, ਤੈਨੂੰ ਕਿਸੇ ਚੀਜ਼ ਦਾ ਡਰ ਨਹੀਂ, ਤੂੰ ਥੱਕੇਗਾ ਵੀ ਨਹੀਂ, ਪਰ ਤੈਨੂੰ ਤੇਰੇ ਭਾਈਚਾਰੇ ਨੇ ਨਹੀਂ ਲੰਘਣ ਦੇਣਾ, ਅਗਲੇ ਪਿੰਡਿਆਂ ਨੇ ਤੈਨੂੰ ਘੇਰ ਲੈਣਾ, ਤੂੰ ਸਿਰੇ ਨਹੀਂ ਪਹੁੰਚ ਸਕਦਾ। ਇਹ ਸੱਚੀ ਗੱਲ ਹੈ ਜੀ, ਇੱਕ ਤੁਸੀਂ ਸੱਚੀ ਗੱਲ, ਇੱਕ ਪਿੰਡ ਤੋਂ ਦੂਜੇ ਪਿੰਡ ਆ ਜਾਏਗਾ ਤਾਂ ਜੂ ਨਹੀਂ ਬਣਨ ਦੇਣਗੇ ਉਹਨੂੰ। ਇਹ ਸੱਚਾਈ ਤਾਂ ਇਹ ਹੈ ਕਿ ਸਾਡਾ ਭਾਈਚਾਰਾ ਆ ਜਿਹੜਾ ਕਿ ਹੈ, ਭਾਵੇਂ ਅਸੀਂ ਦਸਤਾਰਾਂ ਚੋਲਿਆਂ ਵਾਲੇ ਹਾਂ। ਮੈਂ ਬੇਨਤੀ ਕਰਦਾ ਵੀ ਸਾਡੇ 'ਚ ਵਿਚਾਰਕ ਮਤਭੇਦ ਹੈ ਨੇ, ਰਹਿਣਗੇ ਵੀ, ਪਰ ਮੈਂ ਹਮੇਸ਼ਾ, ਤੁਸੀਂ ਮੇਰੀ ਸ਼ੁਰੂ ਤੋਂ ਮੈਨੂੰ ਸੁਣਿਆ, ਮੈਂ ਅੱਜ ਤੱਕ ਇੱਕ ਸ਼ਬਦ ਅਖੰਡ ਕੀਰਤਨੀ ਜਥੇ ਦੇ ਵਿਰੁੱਧ ਨਹੀਂ ਬੋਲਿਆ। ਮੈਂ ਕਹਿੰਦਾ ਉਹਨਾਂ ਤੋਂ ਲਾਹਾ ਲਓ, ਮੈਨੂੰ ਕੋਈ ਸਿੰਘ ਮਿਲਦਾ ਰਹਿਣ ਸਵਾਈ ਦੇ ਸਿੰਘਾਂ ਜ਼ਰੂਰ ਜਾਇਆ ਕਰ। ਮੈਂ ਅੱਜ ਇੱਕ ਸ਼ਬਦ ਟਕਸਾਲ ਦੇ ਵਿਰੁੱਧ, ਅੱਜ ਤੱਕ ਟਕਸਾਲ ਦੀ ਜਿਹੜੀ ਦੇਣ ਅਸੀਂ ਭੁਲਾ ਨਹੀਂ ਸਕਦੇ, ਰਾੜਾ ਸਾਹਿਬ ਸੰਪਰਦਾ ਦੀ ਦੇਣ, ਨਾਨਕ ਸਰ ਦਾ ਸਤਿਕਾਰ, ਅਤੇ ਅਸੀਂ ਸੇਵਾ ਪੰਥੀਆਂ ਦੀ ਸੇਵਾ, ਲੰਗਰਾਂ ਵਾਲੇ ਕਾਰ ਸੇਵਾ, ਮੈਂ ਡੱਟ ਕੇ ਹੱਕ 'ਚ ਬੋਲਿਆ। ਯਾਨੀ ਕਿ ਜਿਹੜੀ ਗੱਲ ਹਰ ਇੱਕ ਦੇ ਗੁਣ ਨੇ ਸਾਰਿਆਂ ਦੇ ਵਿੱਚ, ਕੋਈ ਨਾ ਕਿਸੇ ਜਥੇਬੰਦੀ ਦੀ ਅੱਜ ਤੱਕ ਮੈਂ ਵਿਰੋਧ ਤਾਂ ਨਹੀਂ ਕੀਤੀ। ਮੈਂ ਕਹਿੰਦਾ ਸਾਰਿਆਂ 'ਚੋਂ ਗੁਣ ਲਓ, ਕੋਈ ਨਾ ਕੋਈ ਕਿਤੇ ਨਾ ਕਿਤੇ ਸਾਡੇ ਵਿਚਾਰਕ ਮਤਭੇਦ ਨੇ, ਅਸੀਂ ਇਹਨਾਂ ਨੂੰ ਤਾਂ ਬਾਅਦ 'ਚ ਸੁਲਝਾ ਲਾਂਗੇ। ਅੱਜ ਵੱਡੇ ਮਸਲੇ ਸਾਡੇ ਸਾਹਮਣੇ ਇਹ ਨੇ, ਸਾਡੇ ਬੱਚੇ ਪਤਿਤ ਹੋ ਰਹੇ ਆ, ਨਸ਼ਿਆਂ 'ਚ ਪਏ ਹੋਏ ਆ, ਅਸੀਂ ਉਹਨਾਂ ਨੂੰ ਵਾਪਸ ਲਿਆਉਣਾ। ਅਸੀਂ ਆਪ ਲੜ ਲੈ, ਲੜ ਕੇ ਸਾਡੇ ਕਈ ਵੱਡੇ ਮਰ ਗਏ ਆ ਜੀ, ਸਾਡੀਆਂ ਸੰਪਰਦਾਵਾਂ ਦੇ ਮੁਖੀ ਇੱਕ ਨਾਲ ਦੂਜੇ ਨਾਲ ਲੜ ਲੜ ਕੇ ਮਰ ਗਏ ਆ, ਕਈ ਹੋਰ ਮਰ ਰਹੇ ਨੇ, ਗਾਂ ਵੀ ਆਪਾਂ ਮਰ ਮੁਰ ਜਾਣਾ, ਅਤੇ ਆਪਾਂ ਤਾਂ ਫਿਰ ਆਪਣੀਆਂ ਲੜਾਈਆਂ ਜੰਗਾਂ ਲੜਾਂਗੇ। ਅਤੇ ਜਿਹੜਾ ਜੰਗ ਨਸ਼ਿਆਂ ਦੇ ਵਿਰੁੱਧ ਹੋਣੀ ਚਾਹੀਦੀ ਸੀ, ਪਤਿਤ ਪੁਣੇ ਦੇ ਵਿਰੁੱਧ ਹੋਣੀ ਚਾਹੀਦੀ ਸੀ, ਡੇਰਾ ਗੁਰੂ ਦੇਹਧਾਰੀ ਗੁਰੂ ਡੰਮ ਦੇ ਵਿਰੁੱਧ ਹੋਣੀ ਚਾਹੀਦੀ ਸੀ, ਅਤੇ ਉਹ ਆਪਾਂ ਛੱਡ ਬੈਠੇ ਹਾਂ, ਅਸਲੀ ਕੰਮ ਸਾਡਾ ਭੁਲਾ ਕੇ ਆਪਣੇ ਰੌਲੇ ਪਾ ਕੇ ਬਹਿ ਗਏ ਹਾਂ। ਇਹਦੇ ਵਿੱਚ ਕੋਈ ਤੱਥ ਨਹੀਂ, ਤੱਥਾਂ ਦੇ ਆਧਾਰ 'ਤੇ ਗੱਲ ਕਰੋ, ਕੋਈ ਸਵਾਦ ਆਵੇ ਸੁਣਨ ਵਾਲੇ ਨੂੰ ਵੀ। ਅੱਜ ਤੁਸੀਂ ਇਹ ਆਪਣੇ ਆਪ ਨੂੰ ਰੋਲਣ ਵਾਲੀ ਗੱਲ ਹੈ, ਇਹ ਗਲਤ ਗੱਲ ਹੈ। ਅਤੇ ਬਾਕੀ ਚਲੋ ਜੋ ਇਹਨਾਂ ਨੇ ਕੀਤਾ ਹੈ, ਇਹਨਾਂ ਭਰਾਵਾਂ ਦਾ ਵੀ ਧੰਨਵਾਦ, ਅਰਦਾਸ ਹੀ ਹੈ ਵੀ ਸਤਿਗੁਰੂ ਇਹਨਾਂ ਨੂੰ ਵੀ ਸਮੱਤ ਬਖਸ਼ਣ, ਅਤੇ ਜਿਹੜੇ ਪਿੱਛੇ ਵਾਲੇ ਨੇ ਉਹ ਵੀ, ਅਤੇ ਜਿਹੜੇ ਅੱਗੇ ਲੱਗ ਜਾਂਦੇ ਨੇ ਜਿਨ੍ਹਾਂ ਦੇ ਮੋਢਿਆਂ 'ਤੇ ਰੱਖ ਕੇ ਚਲਾਉਂਦੇ ਨੇ, ਉਹਨਾਂ ਨੂੰ ਵੀ ਸਤਿਗੁਰੂ ਸਮਾਤੀ ਬਖਸ਼ਣ, ਸਿਆਣੇ ਬਣ ਜਾਣ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਰੱਖਣ ਪ੍ਰਦੇਸ਼ ਟੀਵੀ ਦਾ, ਸੰਗਤ ਚੈਨਲ ਦਾ, ਸਾਰੇ ਮੀਡੀਏ ਦਾ, ਜਿਹੜੇ ਜਿਹੜੇ ਇਹਨੂੰ ਵਿਖਾਣਗੇ ਜਾਂ ਅੱਗੇ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ, ਮੈਂ ਧੰਨਵਾਦੀ ਹਾਂ ਬੱਚਿਓ ਤੁਹਾਡਾ ਸਾਰਿਆਂ ਦਾ, ਜਿਹੜੇ ਬੱਚੇ ਫੇਸਬੁੱਕ ਰਾਹੀਂ, ਕਿਉਂਕਿ ਅਸੀਂ ਤਾਂ ਇੱਦਾਂ ਦਾ ਕੁਛ ਮੈਂ ਤਾਂ ਕਦੇ ਨਾ ਵੇਖਦਾ ਨਾ ਯੂਜ ਕਰਦਾ, ਨਾ ਸਾਨੂੰ ਕਰਨਾ ਹੀ ਆਉਂਦਾ, ਇੰਨੇ ਪੜ੍ਹੇ ਲਿਖੇ ਨਹੀਂ ਅਸੀਂ, ਪਰ ਫਿਰ ਵੀ ਜਿਹੜੇ ਬੱਚਿਆਂ ਨੇ ਮੇਰੀ ਗੱਲ ਨੂੰ ਬੜੀ ਛੇਤੀ ਪਹੁੰਚਾਇਆ ਸਾਰੀ ਦੁਨੀਆ ਦੇ ਵਿੱਚ, ਮੈਂ ਉਹਨਾਂ ਬੱਚਿਆਂ ਸਾਰਿਆਂ ਦਾ ਹੀ ਧੰਨਵਾਦੀ ਹਾਂ। ਤੁਸੀਂ ਮੇਰਾ ਪੱਖ ਵੀ ਜਾਣਿਆ, ਅਤੇ ਆਪਣੇ ਤੌਰ 'ਤੇ ਵੀ ਕੋਈ ਗੁਰਸਿੱਖ ਆਪਣੇ ਤੌਰ 'ਤੇ ਇਹਨਾਂ ਗੱਲਾਂ ਦੀਆਂ ਇਨਕੁਆਇਰੀਆਂ ਜ਼ਰੂਰ ਕਰ ਲਵੇ, ਜਥੇਬੰਦੀਆਂ ਦੀਆਂ ਗੱਲਾਂ ਛੱਡੋ, ਅਕਾਲ ਤਖਤ ਸਾਰਾ ਕੁਛ, ਆਪਣੇ ਤੌਰ 'ਤੇ ਇਨਕੁਆਇਰੀਆਂ ਕਰੋ। ਸਤਿਗੁਰੂ ਸਾਡੇ ਸਾਰਿਆਂ 'ਤੇ ਮਿਹਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।